सतनाम। वाहेगुरु साहिब जी अमृत बाणी हर हर तेरी सुन सुन होवै परम गत मेरी। जलन बुझी शीतल होए मनुआ सतगुर का दर्शन पाए जियो। बाणी गुरु गुरु है बाणी विच बाणी अमृत सारे। गुरबाणी कहे सेवक जन मन परतख गुरु निस्तारे। सजन सचा पातशाह सिर शाह दैशाहो। जिस पास बैठिया सोही है सबना दावे साहो। वाहेगुरु साहिब जी सारंग महला पंजवा हार जन राम 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 त्याए। एक पलक सुख साध समागम कोट बैकुंठ पाए। हार जन राम 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 त्याए। एक पलक सुख साध समागम कोट बैकुंठ पाए। रहाओ दुलब देहे जप होत पुनीता जम के त्रास निवार। महापतत के पातक उत्तर है हार नामा और तार। जो जो सुने राम जस निर्मल ताका जन्म मरण दुख नासा। कहो नानक पाये वड भागे मन तन होए बिगासा। जो जो सुने राम जस निर्मल ताका जन्म मरण दुख नासा। कहो नानक पाये वड भागे मन तन होए बिगासा। वाहेगुरु जी का खालसा वाहेगुरु जी की फतेह। सारंग राग अंदर धन गुरु अर्जुन देव महाराज जी दे पावन मुखार बिंद उचारण किया होया ए पावन शब्द जो धन गुरु ग्रंथ साहिब जी दे मुबारक अंग 1208 विखे सुभायमान है जिसका आप जी ने मूल पाठ प्रेम सहित सरवण करना किया है। अमृतमई इस पावन शब्द के विचार
ਸਰਵਣ ਕਰਵਾ ਰਹੇ ਹਨ। ਸਨਮਾਨ ਸਤਿਕਾਰ ਯੋਗ ਗਿਆਨੀ ਬਲਦੇਵ ਸਿੰਘ ਜੀ ਪਾਉਂਟਾ ਸਾਹਿਬ ਵਾਲੇ, ਇੱਕ ਦਿਨ ਦਾ ਸਮਾਂ ਹੈ ਉਹਨਾਂ ਦਾ ਸਾਡੇ ਪਾਸ। ਸੋ ਗਿਆਨੀ ਜੀ ਨੂੰ ਜੀ ਆਇਆ ਕਹਿੰਦਿਆਂ ਹੋਇਆਂ ਆਓ, ਉਹਨਾਂ ਪਾਸੋਂ ਗੁਰੂ ਚਰਨਾਂ ਦੇ ਅੰਦਰ ਬੈਠ ਕਰਕੇ ਪ੍ਰੇਮ ਭਾਵਨਾ ਸਤਿਕਾਰ ਸਹਿਤ ਲੜੀਵਾਰ ਗੁਰ ਸ਼ਬਦ ਵਿਚਾਰ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਨਾ, ਨਿਰਗੁਨਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੁ ਮਿਹਰਬਾਨਾ, ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ, ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੈ ਮੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੈ ਮੇਰਾ। ਸਰਬ ਕਲਾ ਸਮਰੱਥ ਸਤਿਗੁਰੂ ਚਵਰ ਛਤਰ ਤਖ ਦੇ ਮਾਲਕ, ਜਹਰਾ ਜਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੁਭਾਏ ਮਾਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਇਸ ਪਾਵਨ ਅਸਥਾਨ 'ਤੇ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦੇ ਰਾਹੀਂ ਪਰਮ ਪਿਤਾ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਇਹ ਸਤ ਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਮਨੁੱਖ ਜ਼ਿੰਦਗੀ ਦਾ ਮਨੋਰਥ ਹੈ ਜ਼ਿੰਦਗੀ ਵਿੱਚ ਵਿਗਾਸ ਮੰਨਣਾ, ਆਨੰਦ ਮੰਨਣਾ, ਚਾਓ ਮੰਨਣਾ, ਅਤੇ ਉਹ ਵਿਗਾਸ ਜਾਂ ਚਾਓ ਮੰਨਣ ਦਾ ਸਭ ਤੋਂ ਵਧੀਆ ਤਰੀਕਾ ਹੈ ਸਤ ਸੰਗਤ ਅਤੇ ਵਾਹਿਗੁਰੂ ਜੀ ਦੀ ਸਿਫਤ ਸਲਾਹ। ਮਨੁੱਖ ਜਿਸ ਤਰ੍ਹਾਂ ਵੀ ਦੌੜ ਭੱਜ ਕਰਦਾ, ਭਾਵੇਂ ਕੋ ਧਨ ਕਮਾ ਰਿਹਾ, ਭਾਵੇਂ ਕੋ ਰਾਜਨੀਤਿਕ ਜਗਤ ਅੰਦਰ ਸੰਘਰਸ਼ ਕਰ ਰਿਹਾ, ਭਾਵੇਂ ਕੋ ਵਿੱਦਿਆ ਪੜ੍ਹ ਰਿਹਾ, ਭਾਵੇਂ ਕੋਈ ਹੋਰ ਕੰਮ ਕਾਰ ਕਰ ਰਿਹਾ, ਹਰ ਕਿਸੇ ਦੇ ਮਨ ਅੰਦਰ ਇੱਕ ਖਿੱਚ ਹੈ ਕਿ ਮੈਨੂੰ ਜ਼ਿੰਦਗੀ ਅੰਦਰ ਸੁੱਖ ਮਿਲੇ, ਜ਼ਿੰਦਗੀ ਦਾ ਚਾਅ ਮਿਲੇ। ਪਰ ਸਤਿਗੁਰੂ ਜੀ ਕਹਿੰਦੇ ਉਹ ਚਾਅ ਮੰਨਣ ਦਾ ਤਰੀਕਾ ਹੈ ਵਾਹਿਗੁਰੂ ਜੀ ਦੀ ਸਿਫਤ ਸਲਾਹ। ਉਹ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਸਤਸੰਗਤ ਵਿੱਚੋਂ। ਅੱਜ ਦਾ ਜੋ ਪਾਵਨ ਮੁੱਖ ਵਾਕ ਆਪ ਜੀ ਸਰਵਣ ਕਰ ਰਹੇ ਸੀ ਮਾਨਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ, ਉਹਦੇ ਅੰਦਰ ਸਤਿਗੁਰੂ ਜੀ ਨੇ ਰੱਬੀ ਪਿਆਰਿਆਂ ਦੀ ਗੱਲ ਕੀਤੀ ਹੈ, ਪਰਮਾਤਮਾ ਦੇ ਪਿਆਰਿਆਂ ਦੀ, ਕਿ ਉਹ ਜ਼ਿੰਦਗੀ ਦੇ ਅੰਦਰ ਮਨ ਤਨ ਕਰਕੇ ਬੜੇ ਖੇੜੇ ਵਿੱਚ ਰਹਿੰਦੇ ਨੇ। ਦੁਨੀਆਂ 'ਚ ਬਹੁਤ ਧਨਵਾਨ ਲੋਕ ਨੇ, ਬਹੁਤ ਵਿਦਵਾਨ ਲੋਕ ਵੀ ਨੇ, ਅਤੇ ਬੜੇ ਬੜੇ ਹੋਰ ਅਨੇਕ ਤਰ੍ਹਾਂ ਦੇ ਵੱਡਾ ਵੱਡਾ ਨਾਮ ਅਖਾਉਣ ਵਾਲੇ ਲੋਕ ਨੇ, ਪਰ ਜਿਹਨੂੰ ਆਪਾਂ ਕਹਿੰਦੇ ਜ਼ਿੰਦਗੀ ਦਾ ਚਾਅ, ਜ਼ਿੰਦਗੀ ਦਾ ਖੇੜਾ, ਉਹ ਕਿਸੇ ਵਿਰਲੇ ਦੇ ਕੋਲ ਹੈ। ਉਹ ਖੇੜਾ ਹੀ ਜ਼ਿੰਦਗੀ ਦੀ ਸਫਲਤਾ ਦਾ ਕਾਰਨ ਹੈ। ਗੁਰੂ ਸਾਹਿਬ ਜੀ ਕਹਿੰਦੇ ਉਹ ਖੇੜਾ ਤਾਂ ਮਿਲੇਗਾ ਜੇ ਆਪਾਂ ਪਰਮਾਤਮਾ ਦੇ ਪਿਆਰ ਵਿੱਚ ਜੁੜਾਂਗੇ। ਮਨੁੱਖ ਤਾਂ ਉਸ ਜ਼ਿੰਦਗੀ ਦੇ ਚਾਅ ਨੂੰ ਮੰਨਣ ਦੇ ਲਈ ਪਰਮਾਤਮਾ ਨੂੰ ਛੱਡ ਕੇ ਉਹ ਕਰਮ ਕਰਦਾ ਹੈ ਜਿਹੜੇ ਨੇਤੇ ਨੂੰ ਉਲਾਮੇ ਦਵਾਉਣ। ਮਨੁੱਖ ਧਰਤੀ ਦਾ ਰਾਜਾ ਸੀ, ਪਰ ਇਹ ਰਾਜੇ ਨੇ ਕੰਮ ਕੀ ਕਰਨੇ ਸ਼ੁਰੂ ਕਰਤੇ? ਬਾਬਾ ਫਰੀਦ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਉਦਾਹਰਣ ਦਿੱਤੀ ਹੈ। ਕਹਿਣ ਲੱਗੇ ਇੱਕ ਲੱਕੜਹਾਰਾ ਹੁੰਦਾ ਹੈ ਨਾ, ਲੱਕੜਹਾਰਾ ਸਵੇਰੇ ਘਰੋਂ ਨਿਕਲਦਾ ਹੈ, ਮੋਢੇ 'ਤੇ ਕੁਹਾੜਾ ਰੱਖਿਆ ਹੁੰਦਾ, ਸਿਰ 'ਤੇ ਪਾਣੀ ਦਾ ਘੜਾ ਰੱਖਿਆ ਹੁੰਦਾ, ਜੰਗਲ ਚਲਿਆ ਜਾਂਦਾ, ਅਤੇ ਜੰਗਲ 'ਚ ਜਾ ਕੇ ਉਹ ਜਿਹੜੇ ਦਰਖਤ ਨੂੰ ਮਰਜ਼ੀ ਵੱਢ ਦੇਵੇ ਅਤੇ ਜਿਹਨੂੰ ਮਰਜ਼ੀ ਨਾ ਵੱਢੇ, ਉਹ ਜੰਗਲ ਦਾ ਰਾਜਾ ਹੁੰਦਾ, ਉਸ ਵੇਲੇ ਬਾਦਸ਼ਾਹ ਹੁੰਦਾ। ਪਰ ਬਾਦਸ਼ਾਹ ਕਰਦਾ ਕੀ ਹੈ? ਦਰਖਤਾਂ ਨੂੰ ਵੱਢਦਾ, ਉਹਨਾਂ ਦੇ ਕੋਲੇ ਬਣਾਉਂਦਾ ਅਤੇ ਘਰ ਆ ਜਾਂਦਾ ਹੈ। ਮਨੁੱਖ ਵੀ ਇਸ ਧਰਤੀ ਦਾ ਰਾਜਾ ਹੈ,
ਪਰ ਇਹ ਰਾਜਾ ਕੰਮ ਕੀ ਕਰਦਾ? ਕੰਮ ਉਹੀ ਕਰਦਾ ਜਿਹਦੇ ਨਾਲ ਇਹਨੂੰ ਮੁਕਾਲਖ ਹੀ ਲੱਗੇ, ਕੇਵਲ ਤਾਂ ਕੇਵਲ ਇਹ ਜ਼ਿੰਦਗੀ ਤੋਂ ਮੂੰਹ ਕਾਲਾ ਕਰਕੇ ਲੈ ਕੇ ਜਾਏ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੋਹਾਰ, ਹਉ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ। ਕਹਿਣਗੇ ਇਹ ਜ਼ਿੰਦਗੀ ਅੰਦਰ ਰੱਬ ਦੇ ਪਿਆਰੇ ਅਤੇ ਆਪਣੇ ਪਰਮਾਤਮਾ ਦੇ ਪਿਆਰ 'ਚ ਜੁੜਦੇ ਨੇ, ਪਰ ਇਹ ਮਨੁੱਖ ਜਿਹੜਾ ਨਾ ਜਿਹਨੂੰ ਧਰਤੀ ਦਾ ਬਾਦਸ਼ਾਹ ਬਣਾ ਕੇ ਰੱਬ ਨੇ ਭੇਜਿਆ ਸੀ, ਇਹ ਕੇਵਲ ਉਹ ਕੰਮ ਕਰਦਾ ਜਿਹਦੇ 'ਚ ਉਹਨੂੰ ਕਾਲਖ ਹੀ ਮਿਲੇ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਇੱਕ ਬੜਾ ਪਿਆਰਾ ਸਲੋਕ ਹੈ, ਕਹਿਣਗੇ ਸੌ ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਮਤ ਸਲਾਹਣ ਛੱਡ ਕੇ ਕੁਰੰਗੀ ਲੱਗਾ ਹੰਸ। ਮਨੁੱਖ ਦਿਨ ਵੇਲੇ ਉਹ ਕੰਮ ਕਰਦਾ ਜਦੋਂ 100 ਉਲਾਮੇ ਇਹਨੂੰ ਮਿਲਣ, ਲੋਕੀ ਇਹਨੂੰ ਮਾੜਾ ਕਹਿਣ, ਲੋਕੀ ਇਹਦੇ 'ਤੇ ਕਿੰਤੂ ਪਰੰਤੂ ਕਰਨ। ਆਪਾਂ ਸਾਰੇ ਹੀ ਆਪ ਨੜੇ ਗਰੀਬਾਨ ਵਿੱਚ ਝਾਤ ਮਾਰ ਲਈਏ ਕਿ ਦਿਨ ਵੇਲੇ ਕੀ ਕਰਦੇ ਹਾਂ ਆਪਾਂ, ਲੋਕੀ ਕੀ ਕਹਿੰਦੇ ਨੇ ਸਾਡੇ ਬਾਰੇ, ਅਤੇ ਰਾਤ ਨੂੰ ਆਪਾਂ ਕੀ ਸੋਚਦੇ ਜਾਂ ਕੀ ਕਰਦੇ ਹਾਂ। ਕਹਿਣਗੇ 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਮਿਲਣਾ ਹਜ਼ਾਰਾਂ ਉਹ ਉਲਾਮੇ, ਕਈ ਵਾਰੀ ਰਾਤ ਨੂੰ ਜੋ ਕੰਮ ਕਰਦਾ ਹਜ਼ਾਰਾਂ ਹੀ ਉਲਾਮਿਆਂ ਵਾਲੇ ਕਰਦਾ, ਸਿਫਤ ਸਲਾਹਣ ਛੱਡ ਕੇ। ਇਹਨੂੰ ਰੱਬ ਨੇ ਬਣਾਇਆ ਸੀ ਹੰਸ, ਅਤੇ ਹੰਸ ਦਾ ਕੰਮ ਹੈ ਮੋਤੀ ਚੁਗਣਾ, ਹੰਸ ਦਾ ਕੰਮ ਝੂਠ ਬੋਲਣਾ ਨਹੀਂ ਹੈ, ਹੰਸ ਦਾ ਕੰਮ ਲੋਕਾਂ ਦੇ ਨਾਲ ਹੇਰਾਫੇਰੀ ਕਰਨਾ ਨਹੀਂ ਹੈ, ਹੰਸ ਦਾ ਕੰਮ ਲੋਕਾਂ ਦੇ ਉੱਪਰ ਧੱਕਾ ਜੋਰੀ ਕਰਨਾ ਨਹੀਂ ਹੈ। ਸੀ ਇਹ ਹੰਸ, ਪਰ ਕਰੰਗੀ ਲੱਗਾ ਹੰਸ, ਕਰੰਗੀ ਦਾ ਅਰਥ ਹੈ ਮੁਰਦਾਰ ਖਾਣ ਲੱਗ ਪਿਆ, ਕੂੜ ਬੋਲ ਮੁਰਦਾਰ ਖਾਏ, ਝੂਠ ਬੋਲ ਬੋਲ ਕੇ ਆਪਣੇ ਕੰਮ ਚਲਾਉਂਦੇ, ਮੁਰਦਾਰ ਖਾਣ ਲੱਗ ਪਿਆ। ਹੈਗਾ ਇਹ ਹੰਸੀ, ਇਹਨੇ ਮੋਤੀ ਚੁਗਣੇ ਸਨ, ਪਰ ਸਤਿਗੁਰੂ ਜੀ ਕਹਿਣਗੇ ਇਹ ਲੱਗ ਗਿਆ ਮੁਰਦਾਰ ਦੇ ਨਾਲ, ਕਰੰਗ ਦੇ ਨਾਲ। ਕਹਿਣਗੇ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਜੇ ਖਾ ਖਾ ਕੇ ਸਰੀਰ ਹੀ ਵਧਾਉਣਾ ਹੈ ਤੇ ਇਹੋ ਜਿਹੀ ਜ਼ਿੰਦਗੀ ਜਿਹੜੀ ਫਿਟਕਾਰ ਯੋਗ ਹੈ, ਫਿੱਟੇ ਮੂੰਹ ਇਹੋ ਜਿਹੀ ਜ਼ਿੰਦਗੀ ਨੇ, ਇਹਦੋਂ ਵੱਡੀ ਤੇ ਕੋਈ ਗੱਲ ਨਹੀਂ ਨਾ ਹੋ ਸਕਦੀ, ਇਹਦੋਂ ਵੱਡਾ ਕੋਈ ਤਾਨਾ ਨਹੀਂ ਹੋ ਸਕਦਾ ਕਿ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਉਹ ਰੁਤਬਾ ਜਾਂ ਉਹ ਕੰਮ ਜਾਂ ਉਹ ਖਾਧੇ ਪੀਤੇ ਪਦਾਰਥ ਫਿਟਕਾਰ ਯੋਗ ਨੇ ਜੇ ਕੇਵਲ ਅਸੀਂ ਆਪਣੇ ਲਈ ਹੀ ਜੀਵੇ ਜਾਂ ਕੇਵਲ ਸਰੀਰ ਵਧਾਉਣ ਲਈ ਜੀਵੇ। ਕਹਿਣ ਲੱਗੇ ਨਾਨਕ ਸੱਚੇ ਨਾਮ ਬਿਨ ਸਭੇ ਦੁਸ਼ਮਣ ਹੇਤ, ਇੱਕ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਜੋ ਕੁਝ ਵੀ ਅਸੀਂ ਕਰਦੇ ਹਾਂ, ਭਾਵੇਂ ਉਹ ਕਿਸੇ ਰੁਤਬੇ ਲਈ ਸੰਘਰਸ਼ ਕਰਦੇ ਹਾਂ ਝੂਠ ਬੋਲ ਕੇ, ਭਾਵੇਂ ਉਹ ਪਦਾਰਥ ਲਈ ਸੰਘਰਸ਼ ਕਰਦੇ ਝੂਠ ਬੋਲ ਕੇ, ਜਿੱਥੇ ਆਪਾਂ ਮੋਹ ਵਿੱਚ ਪੈ ਗਏ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੁਝ ਸਾਡਾ ਦੁਸ਼ਮਣ ਬਣ ਜਾਣਾ, ਕਿਸੇ ਨੇ ਸਾਡਾ ਸਾਥ ਨਹੀਂ ਦੇਣਾ, ਕਿਤੇ ਉਹ ਸਾਨੂੰ ਆਨੰਦ ਨਹੀਂ ਮਿਲਣਾ। ਆਨੰਦ ਤੇ ਮਿਲੇਗਾ ਇੱਕ ਪਰਮਾਤਮਾ ਦੇ ਪਿਆਰ ਵਿੱਚ ਜੁੜਿਆਂ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜੇ ਰੱਬ ਦੇ ਪਿਆਰੇ ਸਦਾ ਵਿਗਾਸ ਵਿੱਚ ਰਹਿੰਦੇ ਨੇ, ਵਿਗਾਸ ਵਿੱਚ ਰਹਿਣ ਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਕਿ ਉਹ ਨਿੱਤ ਉਹ ਕਰਮ ਕਰਦੇ ਜਿਹਦੇ 'ਚੋਂ ਉਲਾਮੇ ਨਾ ਮਿਲਣ, ਜਿਹਦੇ 'ਚੋਂ ਲੋਕੀ ਉਹਨਾਂ ਨੂੰ ਬੁਰਾ ਨਾ ਕਹਿਣ। ਤੇ ਇਹੋ ਜਿਹੀ ਜ਼ਿੰਦਗੀ ਬਣ ਕਿਵੇਂ ਸਕਦੀ ਹੈ? ਗੁਰਮਤਿ ਦਾ ਇੱਕ ਮਕਸਦ ਹੈ ਆਦਰਸ਼ਕ ਸਮਾਜ ਦੀ ਸਿਰਜਣਾ। ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ, ਵੈਸੇ ਤਾਂ ਹਰ ਧਰਮ ਗ੍ਰੰਥ ਦਾ ਇਹੀ ਮਕਸਦ ਹੈ ਕਿ ਇੱਕ ਵਧੀਆ ਸਮਾਜ ਬਣੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਇੱਕ ਗੁਰਮੁਖ ਮਨੁੱਖ ਦੀ ਸਿਰਜਣਾ ਕਰਨਾ ਚਾਹੁੰਦੀ ਹੈ, ਇੱਕ ਅਜਿਹੇ ਸਮਾਜ ਦੀ ਸਿਰਜਣਾ ਦਾ ਸੰਕਲਪ ਹੈ ਗੁਰਬਾਣੀ ਦਾ, ਜਿਹਨੂੰ ਬੇਗੁੰਪੁਰਾ ਕਿਹਾ ਭਗਤ ਜੀ ਨੇ, ਜਿੱਥੇ ਕੋਈ ਦੁਖੀ ਨਾ ਹੋਏ, ਜਿੱਥੇ ਕੋਈ ਪਰੇਸ਼ਾਨ ਨਾ ਹੋਏ, ਜਿੱਥੇ ਹਰ ਕਿਸੇ ਦੇ ਚਿਹਰੇ 'ਤੇ ਚਾਉ ਹੋਏ, ਖੇੜਾ ਹੋਏ, ਪ੍ਰਸੰਨਤਾ ਹੋਏ, ਪਿਆਰ ਹੋਏ। ਅਤੇ ਉਹ ਸਮਾਜ ਤਾਂ ਬੰਦਿਆਂ ਨਾਲ ਹੀ ਬਣਨਾ ਹੈ ਨਾ, ਉਹ ਸਮਾਜ ਬੰਦਿਆਂ ਨਾਲ ਬਣਨਾ, ਅਤੇ ਉਹਨਾਂ ਬੰਦਿਆਂ ਦੀ ਘਾੜਤ ਘੜੀ ਜਾਣੀ ਹੈ ਕਿਸੇ ਥਾਂ 'ਤੇ। ਅਸੀਂ ਡਾਕਟਰ ਬਣਾਉਂਦੇ ਹਾਂ ਅਤੇ ਆਪਾਂ ਕਹਿੰਦੇ ਮੈਡੀਕਲ ਕਾਲਜ ਜਾ ਕੇ ਡਾਕਟਰ ਬਣੇਗਾ, ਘਰੇ ਬੈਠਾ ਥੋੜ੍ਹਾ ਬਣ ਜਾਏਗਾ। ਇੱਕ ਡਾਕਟਰ ਬਣਾਉਣਾ ਅਤੇ ਮੈਡੀਕਲ ਕਾਲਜ ਨਾਲ ਸਾਂਝ ਪਾਉਣੀ ਪੈਂਦੀ ਹੈ, ਇੱਕ ਇੰਜੀਨੀਅਰ ਬਣਾਉਣਾ ਅਤੇ ਕਿਸੇ ਇੰਜੀਨੀਅਰਿੰਗ ਕਾਲਜ ਵਿੱਚ ਕਈ ਸਾਲ ਪੜ੍ਹਨਾ ਪੈਂਦਾ, ਕੋਈ ਸਾਇੰਸਦਾਨ ਬਣਨਾ ਅਤੇ ਉਹਦੇ ਲਈ ਕੋਈ ਨਾ ਕੋਈ ਸਾਨੂੰ ਪੜ੍ਹਾਈ ਕਰਨੀ ਪੈਂਦੀ ਹੈ, ਜੇ ਕਿ ਇਨਸਾਨ ਬਣਨਾ ਅਤੇ ਉਹਦੇ ਲਈ ਵੀ ਤਾਂ ਕੋਈ ਥਾਂ ਹੈ, ਉਹਦੇ ਲਈ ਵੀ ਤਾਂ ਕੋਈ ਨਾ ਕੋਈ ਇੰਸਟੀਚਿਊਟ ਹੋਵੇਗਾ। ਉਹਦੇ ਲਈ ਇੰਸਟੀਚਿਊਟ ਹੈ ਆ ਸਤ ਸੰਗਤ, ਗੁਰੂ ਦੀ ਹਜ਼ੂਰੀ, ਰੱਬੀ ਪਿਆਰਿਆਂ ਦੀ ਸੰਗਤ, ਗੁਰਬਾਣੀ ਦਾ ਪਿਆਰ। ਸਤ ਸੰਗਤ ਸਾਡੀ ਜ਼ਿੰਦਗੀ ਦੀ ਘਾੜਤ ਕੱਢਦੀ ਹੈ, ਸਾਡੇ ਅੰਦਰ ਇੱਕ ਕਰੈਕਟਰ ਕ੍ਰੀਏਟ ਕਰਦੀ ਹੈ, ਉਹ ਕਰੈਕਟਰ, ਉਹ ਜਿਹਨੂੰ ਆਪਾਂ ਕਿਰਦਾਰ ਕਹਿੰਦੇ ਹਾਂ, ਉਹ ਸਾਡੇ ਅੰਦਰ ਇਨਸਾਨੀਅਤ ਵਾਲਾ ਹੁੰਦਾ ਹੈ। ਅੱਜ ਸਾਇੰਸਦਾਨ ਵੀ ਬੜੇ ਨੇ, ਡਾਕਟਰ ਵੀ ਬੜੇ ਨੇ, ਧਨਵਾਨ ਵੀ ਬੜੇ ਨੇ, ਵਿਦਵਾਨ ਵੀ ਬੜੇ ਨੇ, ਪਰ ਗੁਰਬਾਣੀ ਇੱਕ ਚੰਗੇ ਇਨਸਾਨਾਂ ਦੀ ਸਿਰਜਣਾ ਕਰਦੀ ਕਰਨ ਦੀ ਗੱਲ ਕਰਦੀ ਹੈ, ਜੋ ਇਸ ਧਰਤੀ 'ਤੇ ਇੱਕ ਵਧੀਆ ਸਮਾਜ ਸਿਰ ਸਕਣ। ਸਤਿਗੁਰੂ ਜੀ ਨੇ ਅੱਜ ਦੇ ਪਵਿੱਤਰ ਮੁੱਖ ਵਾਕ ਦੇ ਰਾਹੀਂ ਅਜਿਹੇ ਹੀ ਇੱਕ ਵਿਅਕਤੀ ਦੀ, ਰੱਬੀ ਪਿਆਰਿਆਂ ਦੀ ਗੱਲ ਕੀਤੀ ਹੈ, ਜਿਹੜੇ ਪਰਮਾਤਮਾ ਦੇ ਪਿਆਰ ਅਤੇ ਸਤ ਸੰਗਤ ਦੇ ਰਾਹੀਂ ਜ਼ਿੰਦਗੀ ਦੇ ਉਸ ਪੱਧਰ 'ਤੇ, ਉਸ ਲੈਵਲ 'ਤੇ ਪਹੁੰਚ ਜਾਂਦੇ ਨੇ
ਜਿੱਥੇ ਜਾ ਕੇ ਉਹਨਾਂ ਦੀ ਜ਼ਿੰਦਗੀ ਅੰਦਰ ਸਦਾ ਵਿਗਾਸ ਬਣਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਿ ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਜਿਹੜੇ ਦਿਨ ਰਾਤ ਆਨੰਦ ਵਿੱਚ ਰਹਿੰਦੇ ਨੇ, ਹਰ ਵੇਲੇ ਆਨੰਦ ਵਿੱਚ ਰਹਿੰਦੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਕਿ ਉਹ ਅਵਸਥਾ ਜਿਹੜੀ ਹਮੇਸ਼ਾ ਹੀ ਆਨੰਦਮਈ ਹੋਏ, ਜਿੱਥੇ ਕੋਈ ਦੁੱਖ ਦਲਿੱਦਰ ਜਾਂ ਕੋਈ ਸਾਨੂੰ ਜ਼ਿੰਦਗੀ ਦੀ ਕਮੀ ਨਾ ਵਿਆਪੇ, ਉਹ ਅਵਸਥਾ ਨੂੰ ਮਾਣਿਆ ਕਿਵੇਂ ਜਾ ਸਕਦਾ ਜਾਂ ਜਿਨ੍ਹਾਂ ਨੇ ਮਾਣਿਆ ਕਿਵੇਂ ਮਾਣਿਆ। ਆਪਾਂ ਵੀ ਗੁਰੂ ਪਿਆਰ ਜੁੜਦੇ ਹਾਂ, ਇਹਨਾਂ ਗੁਰੂ ਕੇ ਬਚਨਾਂ ਦੀ ਵਿਚਾਰ ਕਰਦਿਆਂ ਹੋਇਆਂ ਵਿਚਾਰ ਕਰਨੀ ਹੈ। ਆਓ ਮਿਲ ਕੇ ਮਨ ਬਿਰਤੀਆਂ ਨੂੰ ਟਿਕਾਉਂਦਿਆਂ ਮੁੱਖ ਤੋਂ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ, ਹਰ ਜਨ ਰਾਮ 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 ਧਿਆਏ। ਗੁਰੂ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1208 'ਤੇ ਸਾਰੰਗ ਰਾਗ ਵਿੱਚ ਸੁਭਾਇਮਾਨ ਨੇ। ਇਹ ਮੁੱਖ ਵਾਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਗੱਲ ਇੱਥੇ ਹਰ ਜਨ ਦੀ ਹੈ, ਵਾਹਿਗੁਰੂ ਜੀ ਦੇ ਪਿਆਰਿਆਂ ਦੀ ਹੈ। ਸਾਹਿਬ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਨੇ ਜ਼ਿੰਦਗੀ 'ਚ ਸਦਾ ਆਨੰਦ ਹੀ ਮਾਣਿਆ, ਉਹਨਾਂ ਦਾ ਜਿਉਣ ਦਾ ਢੰਗ ਇਹ ਹੈ ਕਿ ਰਾਮ 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 ਧਿਆਏ। ਹਰ ਵੇਲੇ ਉਹ ਪਰਮਾਤਮਾ ਨੂੰ ਹੀ ਚੇਤੇ ਰੱਖਦੇ ਨੇ, ਮਨ ਕਰਕੇ ਵੀ, ਬਚਨਾਂ ਕਰਕੇ ਵੀ, ਕਰਮਾਂ ਕਰਕੇ ਵੀ। ਤਿੰਨ ਵੇਰਾਂ ਰਾਮ ਰਾਮ ਸਤਿਗੁਰੂ ਜੀ ਨੇ ਕਿਹਾ। ਮਨ ਕਰਕੇ ਵੀ ਉਹ ਵਾਹਿਗੁਰੂ ਜੀ ਦੇ ਪਿਆਰ ਜੁੜੇ ਰਹਿੰਦੇ ਨੇ, ਉਹਨਾਂ ਦੇ ਕਰਮਾਂ ਵਿੱਚ ਵੀ ਰੱਬ ਦੀ ਬੰਦਗੀ ਹੁੰਦੀ ਹੈ। ਕਰਮ ਵੀ ਉਹ ਕਰਦੇ ਨੇ ਕਿ ਜਿਹਦੇ ਨਾਲ ਕਿਸੇ ਦਾ ਹੱਕ ਨਹੀਂ ਮਰਦੇ, ਉਹਨਾਂ ਦੇ ਕਰਮ ਵਿੱਚ ਧਰਮ ਆ ਜਾਂਦਾ, ਪਰਮਾਤਮਾ ਦਾ ਨਾਮ ਆ ਜਾਂਦਾ, ਔਰ ਉਹਨਾਂ ਦੇ ਬਚਨਾਂ ਵਿੱਚ ਵੀ ਪਰਮਾਤਮਾ ਦਾ ਨਾਮ ਆ ਜਾਂਦਾ। ਭਾਵ ਉਹਨਾਂ ਦੇ ਬਚਨਾਂ ਨਾਲ ਵੀ ਕਿਸੇ ਦਾ ਦਿਲ ਨਹੀਂ ਦੁਖਦਾ, ਉਹਨਾਂ ਦੇ ਬਚਨ ਵੀ ਲੋਕਾਂ ਨੂੰ ਧੀਰਜ ਹੀ ਦਿੰਦੇ ਨੇ, ਜ਼ਿੰਦਗੀ 'ਚ ਚਾਅ ਪੈਦਾ ਕਰਦੇ ਨੇ। ਪਰਮਾਤਮਾ ਦੇ ਪਿਆਰੇ ਹਰ ਵੇਲੇ ਕੇਵਲ ਤਾਂ ਕੇਵਲ ਉਸ ਪ੍ਰਭੂ ਦਾ ਸਿਮਰਨ, ਔਰ ਉਹਨਾਂ ਨੂੰ ਗਿਆ ਕਿ ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠ ਹੈ ਪਾਏ। ਜ਼ਿੰਦਗੀ ਜਦੋਂ ਧਰਮ ਗ੍ਰੰਥ ਪੜ੍ਹੋ, ਹਿੰਦੂ ਧਰਮ ਗ੍ਰੰਥ ਅੰਦਰ ਇੱਕ ਬੈਕੁੰਠ ਦੀ ਗੱਲ ਹੈ, ਸਵਰਗ ਦੀ ਗੱਲ ਹੈ। ਬੈਕੁੰਠ ਦੇ ਅਰਥ ਕੱਢੇ ਨੇ ਜਿੱਥੇ ਵਿਸ਼ਨੂੰ ਭਗਵਾਨ ਜੀ ਵੱਸਦੇ ਨੇ, ਉਹ ਪੂਰੀ। ਲੇਕਿਨ ਗੁਰਬਾਣੀ ਕਹਿੰਦੀ ਹੈ ਕਿ ਸਾਡੇ ਲਈ ਤਾਂ ਤਹਾਂ ਬੈਕੁੰਠ ਜਹਿ ਕੀਰਤਨ ਤੇਰਾ। ਬੈਕੁੰਠ ਦਾ ਅਰਥ ਜੇ ਕਰਨਾ ਜਿੱਥੇ ਪਰਮਾਤਮਾ ਵੱਸਦਾ ਹੋਵੇ, ਜਿੱਥੇ ਪਰਮਾਤਮਾ ਵੱਸਦਾ ਹੋਏ। ਅਤੇ ਗੁਰਬਾਣੀ ਕਹਿੰਦੀ ਸਾਧ ਸੰਗਤ ਬੈਕੁੰਠੇ ਆਹੇ। ਬਾਬਾ ਕਬੀਰ ਸਾਹਿਬ ਜੀ ਕਹਿਣਗੇ ਬਹੁਤ ਲੋਕ ਜ਼ਿੰਦਗੀ ਅੰਦਰ ਇਸ ਆਸ ਦੇ ਨਾਲ ਸੰਘਰਸ਼ ਕਰ ਰਹੇ ਨੇ ਕਿ ਕਿਤੇ ਸਾਨੂੰ ਮਰਨ ਤੋਂ ਬਾਅਦ ਬੈਕੁੰਠ ਮਿਲ ਜਾਏ, ਮਰਨ ਤੋਂ ਬਾਅਦ ਅਸੀਂ ਕਿਤੇ ਸਵਰਗਾਂ ਚਲੇ ਜਾਈਏ। ਦੇਖਦੇ ਹਾਂ ਆਪਾਂ ਕਿੰਨਾ ਯਤਨ ਕਰਦਾ, ਕੁਤਪ ਕਰਦਾ, ਜਪ ਕਰਦਾ, ਦਾਨ ਕਰਦਾ, ਪੋਨ ਕਰਦਾ, ਪੁੱਛੋ ਕਿਤੇ ਮਰਨ ਤੋਂ ਬਾਅਦ ਸਵਰਗ ਮਿਲ ਜਾਏ। ਅਤੇ ਗੁਰਬਾਣੀ ਕਹਿੰਦੀ ਇੰਨਾ ਚਿਰ ਉਡੀਕਣ ਦੀ ਲੋੜ ਨਹੀਂ ਕਿ ਮਰਨ ਤੋਂ ਬਾਅਦ ਮਿਲੇ, ਅਸੀਂ ਜਿਉਂਦੇ ਜੀ ਸਵਰਗ ਚਲੇ ਜਾਈਏ। ਜਿਉਂਦੇ ਜੀ ਸਵਰਗ ਕਿੱਥੇ ਹੈ? ਸਾਧ ਸੰਗਤ ਬੈਕੁੰਠੇ ਆਹੇ। ਆ ਸਾਧ ਸੰਗਤ ਬੈਕੁੰਠ ਸਥਾਨ ਹੈ। ਤਹਾਂ ਬੈਕੁੰਠ ਜਹਿ ਕੀਰਤਨ ਤੇਰਾ, ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ ਉੱਥੇ ਬੈਕੁੰਠ ਹੈ। ਤੁਸੀਂ ਘਰ 'ਚ ਬੈਠੇ ਰੱਬ ਦੀ ਕੀਰਤੀ ਕਰੋ, ਉੱਥੇ ਬੈਕੁੰਠ ਆ ਜਾਏਗਾ। ਤੁਸੀਂ ਇੱਥੇ ਬੈਠੇ ਵਾਹਿਗੁਰੂ ਜੀ ਦੇ ਪਿਆਰ ਜਿਹੜੇ ਹੋ, ਇੱਥੇ ਬੈਕੁੰਠ ਆ ਜਾਏਗਾ। ਪਰਮਾਤਮਾ ਕੋਈ ਇੱਕ ਵੱਖਰੇ ਥਾਂ 'ਤੇ ਤਾਂ ਨਹੀਂ ਵੱਸਦਾ ਹੋਇਆ, ਪਰਮਾਤਮਾ ਤਾਂ ਸਾਰੀ ਦੁਨੀਆਂ 'ਤੇ ਵੱਸਦਾ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਦੁਨੀਆਂ ਰੱਬ ਦਾ ਘਰ ਹੈ, ਪਰਮਾਤਮਾ ਦੁਨੀਆਂ 'ਚ ਵੱਸਦਾ। ਜਿੱਥੇ ਵੀ ਬੈਠ ਕੇ ਤੁਸੀਂ ਉਹਦੀ ਸਿਫਤ ਸਲਾਹ ਵਿੱਚ ਜੁੜ ਜਾਓਗੇ, ਤਾਂ ਬੈਕੁੰਠ ਜਹਿ ਕੀਰਤਨ ਤੇਰਾ, ਜਿੱਥੇ ਉਹਦੀ ਸਿਫਤ ਸਲਾਹ ਕਰੋਗੇ ਉੱਥੇ ਬੈਕੁੰਠ ਆ ਜਾਏਗਾ। ਅਸੀਂ ਬੈਕੁੰਠ ਨੂੰ ਇਹ ਨਹੀਂ ਉਡੀਕਣਾ ਕਿ ਕਦੋਂ ਮਰਾਂਗੇ, ਕਦੋਂ ਸਾਡੀਆਂ ਇਸਤਰੀਆਂ ਹਰਿਦੁਆਰ ਪਾਉਣਗੇ, ਕਦੋਂ ਅਸੀਂ ਬੈਕੁੰਠ ਜਾਵਾਂਗੇ, ਇਹ ਨਹੀਂ ਉਡੀਕਣਾ ਆਪਾਂ। ਅਸੀਂ ਹੁਣੇ ਬੈਕੁੰਠ ਵਿੱਚ ਜੁੜਨਾ, ਸਦਾ ਬੈਕੁੰਠ ਵਿੱਚ ਰਹਿਣਾ। ਉਹ ਬੈਕੁੰਠ ਹੈ ਜਿੱਥੇ ਪਰਮਾਤਮਾ ਵੱਸਦਾ, ਅਤੇ ਪਰਮਾਤਮਾ ਤੇ ਉੱਥੇ ਵੱਸਦਾ ਜਿੱਥੇ ਪਰਮਾਤਮਾ ਦੀ ਸਿਫਤ ਸਲਾਹ ਹੋ ਰਹੀ ਹੈ। ਸਾਹਿਬ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹਮੇਸ਼ਾ ਪਰਮਾਤਮਾ ਨੂੰ ਚੇਤੇ ਰੱਖਦੇ ਨੇ, ਅਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਸਾਧ ਸਮਾਗਮ ਹੈ, ਸਾਧ ਸਮਾਗਮ ਦਾ ਅਰਥ ਕਿ ਸੱਤ ਸੰਗਤ ਰਾਹੀਂ ਪਰਮਾਤਮਾ ਦੇ ਪਿਆਰ ਜੋੜਨਾ, ਪ੍ਰਭੂ ਪਿਆਰੇ ਰਾਹੀਂ, ਗੁਰਮੁਖਾਂ ਦੇ ਰਾਹੀਂ ਪਰਮਾਤਮਾ ਦੇ ਪਿਆਰ ਜੋੜਨਾ। ਸਾਧ ਸੰਗਤ ਕਿਹੜੀ ਹੈ? ਗੁਰਬਾਣੀ ਕਹਿੰਦੀ ਸੱਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀਏ।
सतसंगत को बंदियां दे इकट्ठ नूं नहीं किया जांदा, माफ करना कि बहुत वड्डा इकट्ठ होएगा, बड़ी वड्डी सतसंगत है। सतसंगत दा अर्थ जिथे वाहिगुरु जी की सिबत सलाह है, वह तुहाडे घर च भी बन सकदी, आखो सतनाम श्री वाहिगुरु। बाबा नानक जी ने कहा सी घर घर अंदर धर्मशाल होवे कीर्तन सदा विसोवा, घर घर च धर्मशाल। तुसीं कहोगे ओह किवें हो सकदा है, गुरबाणी कहिंदी एक सिख दोए साध संगत, दो सिख मिल जाण ते ओह साध संगत बन सकदी है। असी घर च बैठे अपने परिवार च पति पत्नी बैठ के रल के वाहिगुरु जी का सिमरन कर लिए भी सतसंगत बन गई, गुरु की हजूरी च आए भी सतसंगत है, कितने आप काम कर करते हैं दो जाने मिलकर रब की गल कर ली भी सतसंगत, कितना सौखा मार्ग है। सानू तो कितने भटकण की लोड़ ही नहीं है, अखवाए कोई गुरु का सिख तो फिर भटके कि मैनू फलाने थां जाके संगत मिलेगी जां फलाने थां जाके उधार होएगा, ये उहदी अज्ञानता है। गुरसिख घर च भी धर्मशाल बनाएगा, घर च बैठे जो आप परिवार च बच्चों च बैठ के रब की सिव सलाह करते हो भी साध संगत ही है। इस करके साहब जी कहते कि साध संगत विच जिहड़ा आपां एक पलक पर समय लई बैठ जांदे, एक पलक सुख साध समागम, एक पलक पलक दा अर्थ हुंदा है कि अख दे फोर जिन्ना समा, किन्ना घट तो घट ये समा है, अख दे फोर जिन्ना समा, एक पलक पर समय भी जे आपां सतसंगत च मन करके जुड़ जाइए, क्योंकि मन नहीं ना जुड़दा साडा, मन ते भटकदा फिरदा। आ जिहड़ा आपां सतगुरु जी दी हजूरी च आउंदे आ, नरोल आपां मन नूं जोड़न दे लई आउंदे, माफ करना इत्थे साडे आउण दा मकसद है कि साडा मन टिक जाए, इत्थे तजर्बा करन लई आउंदे आपां। गुरदेव जी ने एक गल की सी, होए एकत्र मिलो मेरे भाई, दुबदा दूर करो लिव लाए, हर नामे के होवो जोड़ी, गुरमुख बैसो सफा विसाए। इकट्ठे होके बैठो, इत्थे लिव लगाओ, दुबदा तो मुक्त हो। साडा आउणा गुरु कोल उदों ही सफल होएगा जदों आपां इत्थे आके एकागर चित होके बैठांगे, माफ करना नहीं। तो गुरु ग्रंथ साहिब जी ने एक बड़ी महान गल कही है, कोई बंदा दिन च 100 वारी गुरु कोल आ जाए जी आया नूं, पर उसनों सुख ना उपजे, भावें 100 गेड़ा आवो जाओ 100 गेड़े मार ले, जे कितें उह गुरु कोल बैठना ही नहीं सीख सकिया, शब्द की गल सुन ही नहीं सकिया, तो माफ करना गेड़े मारिया तो कुछ नहीं मिलना। तुसीं डाक्टर बनना है बच्चे ने, तो बच्चे को कहो भी दिन च 100 वारी मैडिकल कॉलेज दीआं परिक्रमा करो, डाक्टर बन जाएगा। तुसीं कुछ भी लैने स्कूल च विद्या लैनी, स्कूल के गेड़े लाया कि विद्या मिल जाएगी। असी अज चाहते कि गेड़े मारे ही आप ब्रह्म ज्ञानी बन जाइए, गेड़े मारे ही आप सुख प्राप्त कर लीए, सानू बैठना पेगा, गुरु की गल सुननी पेगी। साडे गुरु ने एडी वड्डी गरंटी नाल, एडे वड्डे दावे नाल एक गल कही है, हर बंदा जिंदगी अंदर सुख चाहता है ना, मैं भी चाहना, तुसीं भी चाहते, सारे चाहते सुख चाहते हैं, असी चाहते जो चाहिए वह सानू मिल जाए। ते धन गुरु अर्जन देव जी ने बड़े प्यार ते दावे नाल एक गल कही है, गुरु कोल आए हो सुन उपदेश, हिरदे बसावो मन इच्छे, नानक फल पाओ। गुरु की गल ते सुन लो, असी अपनी सुनाउण ते जोर दे ही रखते हैं, गुरु की कोई नहीं सुनता, जेड़ा सुनेगा जो चाहेगा वह प्राप्त कर लेगा। रब दे प्यारियां नूं पता लग गया कि सत संगत विच एक पलक भर समय लई भी जदों असी जुड़ गए, साडी सुरत जुड़ गई, एक बैकुंठ की गल करते ने, कोट बैकुंठे पाए, करोड़ां बैकुंठ सानू मिल जाएंगे, आखो सतनाम श्री वाहिगुरु। दुनिया एक बैकुंठ की गल करती है, जदों को गुरु दा प्रभु दा प्यारा सतसंगत विच अपनी सुरत जोड़ लैंदा, रब दे प्यार जोड़ लैंदा, जो सुख मिलता है करोड़ां बैकुंठां चों नहीं मिल सकता, करोड़ां जो सुख रावे वाहिगुरु जी दे प्यार जुड़ के मिलता है। बाबा कबीर साहब जी ने कहा सी बड़ी बेपरवाही नाल, कबीर चरण कमल की मौज में रहो अंत अर आद, सुरग नरक ते मैं रहो सतगुर कै प्रसाद। कहण गया स्वर्ग की मैनू कोई परवाह नहीं है, नरक का कोई डर नहीं है, हुण वाहिगुरु जी के चरणा च जुड़ के ते मैं आनंद च चलिया गया। जो सतसंगत राही प्रभु के प्यार जुड़ के सुख मिलना है, गुरु साहब जी दे कोल गुरसिखा ने बेनती की, भाई रामू और भाई दीपा भाई उग्रसैन गुरु अमरदास जी कह लगे महाराज साडे ते कृपा करो, असी हां गृहस्थी लोग, हुण असी किरत विरत भी करनी है, परिवार नूं पालना है, तो दुनिया से कहिंदी तप करो जप करो तीर्थां ते जाओ तो ता ही तुहाडा आधार होना है, पर देखदे असी भी गृहस्थी उन्हां मगरी भज्जे फिरदे, इन्ने नंगे पैरी जाओ तो गल बनेगी, इन्ने तीर्थां ते आपां भी उसे मार्ग से तुरना चाहते हैं। कहणगे महाराज असी गृहस्थी किवें कम चलेगा साडा, तो सतगुरु जी कहणगे सतसंगत विच आया करो, अमृत वेले रब दे प्यार जुड़िया करो। कहणगे महाराज कल्ली सतसंगत विच आया की गल बन जाएगी,
ਤੇ ਗੁਰੂ ਸਾਹਿਬ ਜੀ ਨੇ ਇੱਕ ਉਦਾਹਰਣ ਦਿੱਤੀ, ਕਦੀ ਬੇੜੀ ਤਰਦੀ ਦੇਖੀ ਹੈ? ਜਦੋਂ ਮਲਾਹ ਬੇੜੀ ਨੂੰ ਤਾਰਦਾ ਕਿੰਨਾ ਭਾਰ ਲਿਆ ਹੁੰਦਾ? ਕਹਿਣ ਲੱਗੇ ਕਿ ਉਹ ਥੋੜੀ ਜਿਹੀ ਬੇੜੀ ਪਾਣੀ ਤੋਂ ਬਾਹਰ ਰੱਖਦਾ, ਚਾਰ ਕੁੰਗਲਾਂ, ਉਹ ਥੋੜੀ ਜਿਹੀ ਬੇੜੀ ਤਰਦੀ ਤਰਦੀ ਪਾਰ ਚਲੀ ਜਾਂਦੀ। ਤੁਸੀਂ ਸਾਰਾ ਦਿਨ ਕਿਰਤ ਕਰੋ, ਕੰਮ ਕਾਰ ਕਰੋ, ਪਰ ਇੱਕ ਦੋ ਘੜੀਆਂ ਸਤਸੰਗਤ 'ਚ ਬੈਠਿਆ ਕਰੋ, ਰੱਬ ਦੇ ਪਿਆਰ ਜੁੜਿਆ ਕਰੋ। ਕਹਿਣਗੇ ਜੈਸੇ ਬੋਝ ਭਰੀ ਨਾਵ ਉਂਗਰੀ ਦੁਆ ਬਾਹਰ ਰਹਿ, ਪਾਰ ਪਰੇ ਪੂਰ ਸਭੇ ਕੁਸਲ ਬਿਹਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਭਾਰ ਨਾਲ ਲੱਦੀ ਹੋਈ ਬੇੜੀ ਬਹੁਤੀ ਪਾਣੀ 'ਚ ਡੁੱਬੀ ਹੁੰਦੀ, ਥੋੜ੍ਹੀ ਕੁ ਪਾਣੀ ਤੋਂ ਬਾਹਰ ਹੁੰਦੀ ਹੈ, ਉਹ ਤਰਦੀ ਤਰਦੀ ਪਾਰਲੇ ਬੰਨੇ ਲੱਗ ਜਾਂਦੀ ਹੈ। ਬਿਲਕੁਲ ਇਸ ਤਰ੍ਹਾਂ ਆਠ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਨਿੱਜ ਕਰ ਜਾਤ ਹੈ। ਅੱਠਾਂ ਪੈਰਾਂ ਚੋਂ ਸੱਠਾਂ ਘੜੀਆਂ ਚੋਂ ਜੋ ਇੱਕ ਘੜੀ ਵੀ ਸਾਧ ਸਮਾਗਮ ਕਰਦਾ, ਉਹ ਸਵੈ ਸਰੂਪ ਵਿੱਚ ਟਿਕ ਜਾਂਦਾ, ਉਹ ਪਰਮਾਤਮਾ 'ਚ ਲਿਵਲੀਨ ਹੋ ਜਾਂਦਾ। ਰੱਬ ਦੇ ਪਿਆਰੇ ਨੂੰ ਪਤਾ ਲੱਗ ਗਿਆ ਕਿ ਇੱਕ ਪਲਕ ਭਰ ਸਮੇਂ ਲਈ ਵੀ ਜੇ ਆਪਾਂ ਜੁੜ ਗਏ, ਇੱਥੇ ਆਉਣਾ ਜੋੜਨ ਦੇ ਲਈ ਕਿ ਕਿਤੇ ਆਪਾਂ ਟਿਕ ਕੇ ਗੁਰੂ ਦੀ ਗੱਲ ਵਿੱਚ ਲਿਵਲੀਨ ਹੋ ਜਾਈਏ। ਜਿਸ ਵੇਲੇ ਤੁਹਾਡੀ ਸੁਰਤ ਰੱਬ ਦੇ ਪਿਆਰ ਜੁੜ ਗਈ, ਦੁਨੀਆਂ ਦੇ ਸਭ ਦੁੱਖ ਦਲਿੱਦਰ ਆਪਣੀਆਂ ਮਿਟ ਜਾਣਗੇ, ਦੁਨੀਆਂ ਦੀ ਹਰ ਚੀਜ਼ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਏਗੀ। ਪਰ ਸਾਡਾ ਮਨ, ਦੇਖੋ ਵਾਹਿਗੁਰੂ ਜੀ ਨੇ ਸਾਨੂੰ ਰਾਜੇ ਬਣਾਇਆ, ਸਾਡੇ ਅੰਦਰ ਸਭ ਕੁਝ ਰੱਖਿਆ, ਸਭ ਕੁਝ, ਪਰ ਅਸੀਂ ਕਦੀ ਆਪਣੇ ਅੰਦਰ ਝਾਤ ਹੀ ਨਹੀਂ ਮਾਰੀ। ਸਾਨੂੰ ਬਾਹਰਲੇ ਪਦਾਰਥ ਨਜ਼ਰ ਆਉਂਦੇ ਨੇ, ਲੋਕਾਂ ਦੇ ਸੁੱਖ ਨਜ਼ਰ ਆਉਂਦੇ ਨੇ, ਅਸੀਂ ਦੁਖੀ ਇਸ ਲਈ ਨਹੀਂ ਹੈ ਕਿ ਸਾਡੇ ਕੋਲ ਕੁਝ ਨਹੀਂ ਹੈ, ਅਸੀਂ ਦੁਖੀ ਇਸ ਲਈ ਹੈ ਕਿ ਸਾਨੂੰ ਗਿਆਨ ਨਹੀਂ ਹੈ, ਅਸੀਂ ਦੁਖੀ ਇਸ ਲਈ ਹਾਂ ਕਿ ਸਾਨੂੰ ਲੋਕਾਂ ਦਾ ਨਜ਼ਰ ਆਉਂਦਾ ਹੈ, ਬਾਹਰਲੇ ਸਟੇਟਸ ਲੋਕਾਂ ਦੇ ਨਜ਼ਰ ਆਉਂਦੇ ਨੇ, ਲੇਕਿਨ ਜੋ ਕੁਝ ਵਾਹਿਗੁਰੂ ਜੀ ਨੇ ਸਾਨੂੰ ਬਣਾਇਆ ਉਹਦਾ ਗਿਆਨ ਨਹੀਂ ਹੈ। ਆਪਾਂ ਜਦੋਂ ਵੀ ਜੁੜਨਾ ਰੱਬ ਦੀਆਂ ਦਿੱਤੀਆਂ ਦਾਤਾਂ ਵੱਲ ਦੇਖਣਾ ਕਿ ਸਾਨੂੰ ਰੱਬ ਨੇ ਕਿੰਨੀਆਂ ਮਹਾਨ ਦਾਤਾਂ ਦਿੱਤੀਆਂ ਨੇ। ਸਾਹਿਬ ਜੀ ਕਹਿੰਦੇ ਸਤ ਸੰਗਤ ਵਿੱਚ ਆ ਕੇ ਜਿਹੜੇ ਰੱਬ ਦੇ ਪਿਆਰੇ ਨੂੰ ਨਾ ਜਾਣ ਲਿਆ ਕਿ ਜੇ ਇੱਕ ਘੜੀ ਵੀ ਆਪਾਂ ਇੱਕ ਪਲਕ ਭਰ ਸਮੇਂ ਲਈ ਰੱਬ ਦੇ ਪਿਆਰ ਜੁੜ ਗਏ ਨਾ, ਫਿਰ ਕੋਟ ਬੈਕੁੰਠ ਹੈ ਪਾਏ, ਫਿਰ ਸਾਨੂੰ ਕਰੋੜਾਂ ਬੈਕੁੰਠਾਂ ਦਾ ਆਨੰਦ ਮਿਲ ਜਾਏਗਾ, ਜੋ ਆਨੰਦ ਬੈਕੁੰਠ 'ਚੋਂ ਵੀ ਨਹੀਂ ਮਿਲ ਸਕਦਾ। ਬੈਕੁੰਠ ਦਾ ਅਰਥ ਹੈ ਜੋ ਹਿੰਦੂ ਧਰਮ ਗ੍ਰੰਥਾਂ 'ਚ ਕੱਢਿਆ ਗਿਆ, ਜਿੱਥੇ ਵਿਸ਼ਨੂੰ ਭਗਵਾਨ ਵੱਸਦਾ, ਉਹਨਾਂ ਤਿੰਨ ਪੁਰੀਆਂ ਮੰਨੀਆਂ ਨੇ, ਬ੍ਰਹਮਪੁਰੀ ਹੈ, ਇੰਦਰਪੁਰੀ ਹੈ, ਸ਼ਿਵਪੁਰੀ ਹੈ। ਪਰ ਜਦੋਂ ਆਪਾਂ ਗੁਰੂ ਸਾਹਿਬ ਜੀ ਨੂੰ ਪੁੱਛਦੇ ਹਾਂ, ਸਤਿਗੁਰੂ ਜੀ ਕਹਿੰਦੇ ਇੰਦਰਪੁਰੀ ਮੈਂ ਸਰਪਰ ਮੰਨਣਾ, ਬ੍ਰਹਮਪੁਰੀ ਨਿਸ਼ਚਲ ਨਹੀਂ ਰਹਿਣਾ, ਸ਼ਿਵਪੁਰੀ ਗਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿੰਸ ਬਿਤਾਲਾ। ਇਹ ਪੁਰੀਆਂ ਥਿਰ ਰਹਿਣ ਵਾਲੀਆਂ ਨਹੀਂ ਹੈ, ਥਿਰ ਰਹਿਣ ਵਾਲੀ ਅਵਸਥਾ ਤੁਹਾਡੇ ਅੰਦਰ ਹੈ। ਉਹ ਅਵਸਥਾ ਉਦੋਂ ਮਿਲੇਗੀ ਜਦੋਂ ਤੁਸੀਂ ਸਤਸੰਗਤ ਰਾਹੀਂ, ਪ੍ਰਭੂ ਦੇ ਨਾਮ ਰਾਹੀਂ ਉਹਦੇ ਵਿੱਚ ਜੁੜ ਜਾਓਗੇ, ਅਤੇ ਜੋ ਆਨੰਦ ਉੱਥੇ ਮਿਲੇਗਾ ਉਹ ਕਿਤੇ ਪ੍ਰਾਪਤ ਨਹੀਂ ਹੋ ਸਕੇਗਾ। ਸਾਹਿਬ ਕਹਿੰਦੇ ਰੱਬ ਦੇ ਪਿਆਰੇ ਇਸ ਕਰਕੇ ਸਤਸੰਗਤ ਰਾਹੀਂ ਹਰ ਵੇਲੇ ਵਾਹਿਗੁਰੂ ਜੀ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਕਿ ਉਹਦੇ ਨਾਮ ਵਿੱਚ ਇੱਕ ਪਲਕ ਭਾਰ ਸਮੇਂ ਲਈ ਵੀ ਜੋ ਜੁੜਿਆ ਸੁੱਖ ਮਿਲਦਾ ਨਾ, ਉਹ ਕਰੋੜਾਂ ਬੈਕੁੰਠਾਂ 'ਚੋਂ ਨਹੀਂ ਮਿਲ ਸਕਦਾ, ਉਹ ਕਿਤਿਓਂ ਨਹੀਂ ਮਿਲ ਸਕਦਾ। ਦੇਖੋ ਇਤਿਹਾਸ ਪੜ੍ਹਦੇ ਰੱਬ ਦੇ ਪਿਆਰੇ ਨੂੰ ਬੜੇ ਲਾਲਚ ਦਿੱਤੇ ਗਏ, ਦੁਨਿਆਵੀ ਵੀ, ਧਰਮ ਦੀ ਦੁਨੀਆਂ ਦੇ ਲਾਲਚ ਵੀ। ਭਾਈ ਤਿਲਕੂ ਜੀ ਗੜ ਸ਼ੰਕਰ ਦੇ ਰਹਿਣ ਵਾਲੇ, ਉਹਨਾਂ ਨੂੰ ਇੱਕ ਜੋਗੀ ਕਹਿਣ ਲੱਗਾ ਤੈਨੂੰ ਸਵਰਗ ਦੇਵਾਂਗਾ ਮੇਰੇ ਕੋਲ ਆ ਜਾ। ਅੱਜ ਕੱਲ੍ਹ ਤਾਂ ਆਪਾਂ ਨਿੱਕੀ ਨਿੱਕੀ ਗੱਲਾਂ 'ਤੇ ਡੋਲ ਜਾਂਦੇ, ਕਿਤੇ ਮਾੜਾ ਜਿਹਾ ਸਾਨੂੰ ਕੋਈ ਪਦਵੀ ਮਿਲ ਜਾਏ, ਲਾਲਚ ਦੇ ਤੈਨੂੰ ਫਲਾਣਾ ਕੋਟਾ ਦੇ ਦੇਵਾਂਗੇ, ਅਤੇ ਆਪਾਂ ਝੱਟ ਆਪਣੇ ਕੌਮੀ ਅਖਤਿਆਰ ਜਿਹੜੇ ਲੰਬੇ ਕਰ ਦਿੰਦੇ, ਆਪਾਂ ਕੀ ਲੈਣਾ, ਕੌਮ ਕੋਲੋਂ ਪਦਵੀ ਤਾਂ ਮਿਲ ਗਈ। ਆਪਾਂ ਤਾਂ ਇੰਨੇ ਸਸਤੇ ਜਿਹੇ ਹੋ ਗਏ ਕਿ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਵਿਕਣੇ ਸ਼ੁਰੂ ਹੋ ਗਏ। ਲੇਕਿਨ ਉਸ ਗੁਰਸਿੱਖ ਨੂੰ ਕਹਿਣ ਲੱਗਾ, ਉਹ ਭਾਈ ਤਿਲਕਾ ਤੈਨੂੰ ਸਵਰਗ 10 ਸਾਲ ਦਾ ਮੁਫਤ। ਹੁਣ ਸਵਰਗ ਦਾ ਅਰਥ ਹੈ ਕਿ ਜਿੱਥੇ ਵਿਹਲੇ ਬੈਠੇ ਸਭ ਕੁਝ ਮਿਲੇ, ਜੋ ਲਾਰਾ ਲਾਇਆ ਨਾ ਲੋਕਾਂ ਨੂੰ ਸਵਰਗ ਦੇ ਨਾਂ 'ਤੇ ਕਿ ਬੜੀਆਂ ਮੌਜਾਂ ਨੇ, ਖਾਣ ਪੀਣ ਦੀਆਂ ਬੜੀਆਂ ਸੁੱਖ ਸਹੂਲਤਾਂ ਨੇ, ਬਹੁਤ ਸੁੰਦਰ ਜਗ੍ਹਾ ਦਾ, ਇੱਦਾਂ ਦਾ ਇੱਕ ਸਬਜ ਬਾਗ ਦਿਖਾਇਆ। ਲੇਕਿਨ ਭਾਈ ਸਾਹਿਬ ਜੀ ਨੇ ਦਰਵਾਜ਼ਾ ਹੀ ਨਹੀਂ ਖੋਲਿਆ, ਜੋਗੀ ਤਰਲੇ ਲੈਂਦਾ ਰਿਹਾ। ਆਖਰ ਜੋਗੀ ਕਹਿਣਗਾ, ਜਿਸ ਗੁਰੂ ਦੇ ਪਿਆਰ 'ਚ ਜੁੜ ਕੇ ਨਾ ਦ੍ਰਿੜ ਹੈ, ਉਸ ਗੁਰੂ ਦਾ ਵਾਸਤਾ, ਜੇ ਤੂੰ ਮੈਨੂੰ ਨਹੀਂ ਮਿਲਣਾ, ਮੈਨੂੰ ਹੀ ਮਿਲ ਲੈਣ ਦੇ ਤੈਨੂੰ। ਭਾਈ ਸਾਹਿਬ ਜੀ ਨੇ ਦਰਵਾਜ਼ਾ ਖੋਲਤਾ, ਜੋਗੀ ਕਿਹੜੇ ਸਵਰਗ ਦੀ ਗੱਲ ਕਰਦਾ, ਅਸੀਂ ਤਾਂ ਕਰੋੜਾਂ ਸਵਰਗ ਵਾਰਨ ਲਈ ਤਿਆਰ ਹਾਂ ਆਪਣੇ ਗੁਰੂ ਦੇ ਪਿਆਰ ਤੋਂ, ਕਰੋੜਾਂ ਸਵਰਗ। ਆ ਦੁਨਿਆਵੀ ਪਦੀਆਂ 'ਤੇ ਕੁਝ ਨਹੀਂ ਹੈ, ਗੁਰਸਿੱਖਾਂ ਨੇ ਪਦਵੀਆਂ ਕੁਰਬਾਨ ਕਰ ਦਿੱਤੀਆਂ। ਸਾਹਿਬਜ਼ਾਦੇ ਨੂੰ ਕਿਹਾ ਤੁਹਾਨੂੰ ਨਵਾਬੀਆਂ ਦੇਵਾਂਗੇ, ਕਹਿੰਦੇ ਠੋਕਰਾਂ ਮਾਰਦੇ ਇਹਨਾਂ ਨਵਾਬੀਆਂ ਨੂੰ। ਭਾਈ ਮਤੀ ਦਾਸ ਜੀ ਨੂੰ ਕਿਹਾ ਸੀ ਆਰੇ ਨਾਲ ਚੀਰ ਦੇਵਾਂਗੇ ਜੇ ਗੁਰੂ ਦੇ ਪਿਆਰ ਜੁੜੇਗਾ, ਕਹਿਣਗੇ ਮੈਨੂੰ ਆਰਾ ਪਿਆਰਾ ਲੱਗਦਾ, ਤੁਹਾਡੀਆਂ ਨਵਾਬੀਆਂ ਦੀ ਲੋੜ ਨਹੀਂ ਹੈ। ਸਾਹਿਬ ਜੀ ਕਹਿੰਦੇ ਰੱਬ ਦਾ ਪਿਆਰਾ ਕਰੋੜਾਂ ਬੈਕੁੰਠਾਂ ਨੂੰ ਕੁਰਬਾਨ ਕਰਨ ਲਈ ਤਿਆਰ ਹੈ, ਕਿਉਂਕਿ ਜੋ ਸੁੱਖ ਉਹਨੂੰ ਮਿਲਦਾ ਗੁਰੂ ਦੇ ਪਿਆਰ ਵਿੱਚੋਂ, ਉਹ ਕਰੋੜਾਂ ਬੈਕੁੰਠਾਂ ਦੇ ਬਰਾਬਰ ਹੈ। ਕਰੋੜਾਂ ਬੈਕੁੰਠਾਂ 'ਚੋਂ ਵੀ ਉਹ ਸੁੱਖ ਨਹੀਂ ਮਿਲ ਸਕਦਾ। ਅਤੇ ਉਹਨਾਂ ਨੂੰ ਰੱਬ ਦੇ ਪਿਆਰੇ ਨੂੰ ਇੱਕ ਹੋਰ ਪਤਾ ਲੱਗ ਗਿਆ ਹੈ, ਰਹਾਉ ਦੁਲੱਭ ਦੇਹੇ ਜਪ ਹੋਤ ਪੁਨੀਤਾ, ਜਮ ਕੀ ਤ੍ਰਾਸ ਨਿਵਾਰੈ। ਰੱਬ ਦੇ ਪਿਆਰਿਆਂ ਨੂੰ ਪਤਾ ਕਿ ਸਤਸੰਗਤ ਵਿੱਚ ਆਇਆਂ ਕੀ ਪ੍ਰਾਪਤੀ ਹੁੰਦੀ ਹੈ।
ਸਤ ਸੰਗਤ ਦੀ ਇਹ ਵਡਿਆਈ ਹੈ ਕਿ ਆ ਮਨੁੱਖਾ ਦੇਹੀ ਦੁਰਲੱਭ ਹੈ, ਇਹ ਜ਼ਿੰਦਗੀ ਇੱਕੋ ਵਾਰੀ ਮਿਲੀ, ਮੁੜ ਕੇ ਨਹੀਂ ਮਿਲਣੀ, ਮਸਾਂ ਕੋ ਆਸ ਰੱਖੇ। ਗੁਰਬਾਣੀ ਕਹਿੰਦੀ ਹੈ ਕਬੀਰ ਮਾਨਸ ਜਨਮ ਦੁਰਲੱਭ ਹੈ ਹੋਏ ਨਾ ਬਾਰੰਬਾਰ, ਇਹ ਮੁੜ ਕੇ ਨਹੀਂ ਮਿਲਣਾ ਤੁਹਾਨੂੰ, ਕੋ ਲਾਰੇ ਲਾਏ ਜੀ ਮੁੜ ਕੇ ਫਿਰ ਮਨੁੱਖਾ ਦੇਹੀ ਮਿਲੇਗੀ, ਇਹ ਕੰਮ ਕਰੋ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਜਨਮ ਤੋਂ ਪਹਿਲਾਂ ਬੜੇ ਵਧੀਆ ਕੰਮ ਕੀਤੇ, ਸਾਨੂੰ ਮਨੁੱਖਾ ਜ਼ਿੰਦਗੀ ਮਿਲੀ। ਕਦੋਂ ਕੀਤੇ ਜੀ ਆਪਾਂ ਵਧੀਆ ਕੰਮ, ਕਿਹੜੇ ਜਨਮ 'ਚ ਕੀਤੇ ਆਪਾਂ ਕੰਮ? ਅਸੀਂ ਕੁਝ ਨਹੀਂ ਕੀਤਾ, ਇਹ ਤਾਂ ਕੰਮ ਕਰਨ ਲਈ ਮਨੁੱਖਾ ਦੇਹ ਮਿਲੀ। ਹੁਣ ਆਪਾਂ ਚੰਗਾ ਕੰਮ ਕਰਦੇ ਨਹੀਂ, ਪੁਰਾਣੇ ਚੇਤੇ ਕਰੀ ਜਾਂਦੇ ਹਾਂ, ਹੁਣ ਕਰ ਲਈਏ ਆਪਾਂ। ਇਹ ਮਨੁੱਖਾ ਦੇਹੀ ਚੰਗੇ ਕੰਮ ਕਰਨ ਦੇ ਲਈ ਮਿਲੀ ਹੈ, ਇਹ ਰੱਬ ਨੇ ਬਖਸ਼ਿਸ਼ ਕੀਤੀ ਹੈ, ਸਾਨੂੰ ਵਡਿਆਈ ਦਿੱਤੀ ਹੈ, ਸਾਨੂੰ ਤੋਹਫਾ ਦਿੱਤਾ ਕਿ ਆਪਾਂ ਇਸ ਧਰਤੀ 'ਤੇ ਆ ਕੇ ਚੰਗੇ ਕੰਮ ਕਰੀਏ, ਧਰਤੀ ਨੂੰ ਸਵਾਰ ਸਕੀਏ, ਧਰਤੀ ਦੇ ਉੱਪਰ ਚੰਗੀ ਸਿਰਜਣਾ ਕਰ ਸਕੀਏ। ਇਹ ਧਰਤੀ ਦੇ ਉੱਪਰ ਚੰਗੀ ਸਿਰਜਣਾ ਕੇਵਲ ਮਨੁੱਖ ਨੇ ਕਰਨੀ, ਹੋਰ ਕਿਸੇ ਨੇ ਨਹੀਂ ਕਰਨੀ। ਰੱਬ ਨੇ ਜ਼ਿੰਮੇਵਾਰੀ ਦਿੱਤੀ ਹੈ ਕਿ ਮਨੁੱਖ ਇਸ ਧਰਤੀ ਦੇ ਉੱਪਰ ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਕਰੇ। ਪਰ ਆਪਾਂ ਦੇਖੀਏ ਆਲੇ ਦੁਆਲੇ ਜਾਂ ਆਪਣੇ ਅੰਦਰ ਝਾਤ ਮਾਰ ਕੇ ਕਿ ਆਪਾਂ ਕਿੰਨਾ ਕੁ ਮਨੁੱਖ ਜਾਤੀ ਦੇ ਭਲੇ ਦੀ ਕੰਮ ਕਰ ਰਹੇ ਹਾਂ, ਆਪਣੇ ਤੋਂ ਸਵਾ ਸਾਨੂੰ ਤੇ ਕੁਝ ਨਜ਼ਰ ਨਹੀਂ ਆਉਂਦਾ। ਅਸੀਂ ਸਮਾਜ ਦਾ, ਅਸੀਂ ਮੁਲਕ ਦਾ, ਜਾਂ ਐਵੇਂ ਕਹਿ ਲਓ ਕਿ ਹਿਊਮਨ ਸੁਸਾਇਟੀ ਦਾ ਕਿੰਨਾ ਕੁ ਭਲਾ ਕਰ ਰਹੇ ਹਾਂ, ਇਹਦੀ ਸਿਰਜਣਾ 'ਚ ਕਿੰਨਾ ਕੁ ਆਪਾਂ ਹੱਥ ਪਾ ਰਹੇ, ਯੋਗਦਾਨ ਪਾ ਰਹੇ ਹਾਂ। ਬਾਬਾ ਨਾਨਕ ਜੀ ਨੇ ਕਿਹਾ ਸੀ ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਤੇ ਕਿਤੇ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਹੈ, ਕਿਤੇ ਪਹਾੜਾਂ 'ਤੇ ਜਾਣ ਦੀ ਲੋੜ ਨਹੀਂ, ਕਿਤੇ ਤੀਰਥਾਂ 'ਤੇ ਭਟਕਣ ਦੀ ਲੋੜ ਨਹੀਂ ਹੈ। ਇੱਕੋ ਇੱਕ ਤਰੀਕਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਹਾਂ ਲੁਡਾਈ ਹੈ। ਆਪਾਂ ਇਸ ਮਨੁੱਖਤਾ ਦੀ ਸੇਵਾ ਕਰੀਏ, ਸਮਾਜ ਵਿੱਚ ਰਹਿ ਕੇ ਮਨੁੱਖਤਾ ਦੀ ਸੇਵਾ ਕਰੀਏ। ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰੇ ਨੂੰ ਪਤਾ ਲੱਗ ਗਿਆ ਕਿ ਜਿਹੜੀ ਦੁਰਲੱਭ ਦੇਹੀ ਹੈ, ਮਨੁੱਖਾ ਦੇਹੀ ਦੁਰਲੱਭ ਹੈ, ਮਹਾਨ ਹੈ, ਉੱਤਮ ਹੈ, ਪਰ ਸਾਨੂੰ ਜਦੋਂ ਮਨੁੱਖਾ ਦੇਹੀ ਮਿਲੀ ਅਸੀਂ ਕੰਮ ਕਰਨੇ ਸ਼ੁਰੂ ਕਰਤੇ ਮਾੜੇ। ਇਹ ਦੇਹੀ ਮਹਾਨ ਹੁੰਦਿਆਂ ਵੀ ਮਹਾਨ ਨਾ ਰਹਿ ਗਈ। ਆਪਾਂ ਦੇਖੋ ਨਾ, ਮਨੁੱਖ ਹੁੰਦਾ ਆਪਾਂ ਕਹਿੰਦੇ ਮਨੁੱਖ ਹੈ, ਇਹ ਤਾਂ ਸੁਭਾਅ ਕੁੱਤਿਆਂ ਵਰਗਾ, ਇਹ ਤੇ ਪਸ਼ੂਆਂ ਵਰਗਾ। ਮਨੁੱਖਾ ਦੇਹੀ ਉੱਤਮ ਸੀ ਪਰ ਸਾਡੀ ਕਰਨੀ ਉੱਤਮ ਨਾ ਹੋ ਸਕੀ, ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਗੱਲ ਬਣ ਗਈ ਤੇ ਸਤਿਗੁਰੂ ਜੀ ਕਹਿੰਦੇ ਦੇਹੀ ਉੱਤਮ ਨਾ ਰਹਿ ਸਕੀ। ਜਦੋਂ ਆਪਾਂ ਸਤ ਸੰਗਤ ਵਿੱਚ ਆਉਂਦੇ ਹਾਂ ਇਹ ਫਿਰ ਦੇਹੀ ਪਵਿੱਤਰ ਹੁੰਦੀ ਹੈ। ਦੇਹੀ ਪਵਿੱਤਰ ਦਾ ਅਰਥ ਕਿ ਸਾਡੀ ਸੋਚ ਨਿਰਮਲ ਹੁੰਦੀ ਹੈ, ਸਾਡੇ ਅੰਦਰੋਂ ਮੈਲ ਕੱਟੀ ਜਾਂਦੀ ਹੈ, ਸਾਡੇ ਅੰਦਰੋਂ ਔਗਣ ਮਿਟਦੇ ਨੇ, ਸਾਡੇ ਅੰਦਰੋਂ ਵਿਕਾਰ ਮਿਟਦੇ ਨੇ। ਜਿਉਂ ਜਿਉਂ ਸਾਡੀ ਸੋਚ ਪਵਿੱਤਰ ਹੋਏਗੀ ਤਿਉਂ ਤੋਂ ਦੇਹੀ ਪਵਿੱਤਰ ਹੋਏਗੀ। ਵੈਸੇ ਤੇ ਸਰੀਰ ਮਿੱਟੀ ਦਾ ਬਣਿਆ ਹੋਇਆ, ਇਹ ਸਰੀਰ ਤਾਂ ਕਦੀ ਪਵਿੱਤਰ ਨਹੀਂ ਹੋਣਾ ਜਿੰਨਾ ਮਰਜ਼ੀ ਧੋ ਲਓ। ਇੱਥੇ ਸਰੀਰ ਦਾ ਅਰਥ ਹੈ ਕਿ ਸਾਡਾ ਕਿਰਦਾਰ ਵਧੀਆ ਬਣੇਗਾ, ਸਾਡੇ ਅੰਦਰ ਇੱਕ ਚੰਗਾ ਨਿਰਮਲ ਮਨੁੱਖ ਪੈਦਾ ਹੋਏਗਾ। ਇਸ ਦੇਹੀ ਅੰਦਰ ਰਹਿੰਦਿਆਂ ਅਸੀਂ ਮੈਲ ਤੋਂ, ਔਗਣਾਂ ਤੋਂ, ਬੁਰਾਈਆਂ ਤੋਂ ਰਹਿਤ ਇੱਕ ਜ਼ਿੰਦਗੀ ਦੀ ਅਵਸਥਾ ਪ੍ਰਾਪਤ ਕਰ ਸਕਾਂਗੇ। ਦੁਲੱਭ ਦੇਹ ਜਪ ਹੋਤ ਪਨੀਤਾ ਜਮ ਕੀ ਤ੍ਰਾਸ ਨਿਵਾਰੇ। ਹੁਣ ਤਾਂ ਸਾਨੂੰ ਸਾਰੀ ਜ਼ਿੰਦਗੀ ਮੌਤ ਦਾ ਡਰ ਹੀ ਲੱਗਾ ਰਹਿੰਦਾ, ਸਾਡੇ ਅੰਦਰ ਹਮੇਸ਼ਾ ਖਿਆਲ ਰਹਿੰਦਾ ਆਹ ਦੁੱਖ ਨਾ ਆ ਜਾਏ, ਆਹ ਚਿੰਤਾ ਨਾ ਆ ਜਾਏ, ਇਹ ਕਿਤੇ ਮੌਤ ਨਾ ਆ ਜਾਏ। ਮੌਤ ਤੋਂ ਬਚਣ ਦੇ ਲਈ ਆਪਾਂ ਡਰਦੇ ਰਹਿੰਦੇ ਹਾਂ, ਸਾਡੇ ਅੰਦਰ ਮੌਤ ਦਾ ਡਰ ਬੈਠਾ ਹੋਇਆ। ਔਰ ਮੌਤ ਦੇ ਨਾਂ 'ਤੇ ਡਰਾਇਆ ਬੜਾ ਗਿਆ, ਧਾਰਮਿਕ ਲੋਕਾਂ ਨੇ ਤੇ ਰੱਜ ਕੇ ਡਰਾਇਆ ਬੰਦੇ ਨੂੰ ਮੌਤ ਦੇ ਨਾਂ 'ਤੇ। ਬੜੀਆਂ ਡਰਾਉਣੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਡਰਾਉਣੀਆਂ ਡਰਾਉਣੀਆਂ ਤਸਵੀਰਾਂ, ਕਿਸੇ ਦੇ ਗਲ 'ਚ ਖੋਪੜੀਆਂ ਦੀ ਮਾਲਾ ਹੈ, ਕਿਸੇ ਦੇ ਮੂੰਹ 'ਚੋਂ ਅੱਗ ਨਿਕਲ ਰਹੀ ਹੈ, ਕਿਤੇ ਕਿਹਾ ਜਾਂਦਾ ਅੱਗੇ ਨਰਕ ਨੇ, ਰੱਬ ਸਾੜੇਗਾ। ਮੌਤ ਤੋਂ ਡਰਾਇਆ ਹੋਇਆ ਬੰਦਾ ਕਹਿੰਦਾ ਮਰੀਏ ਹੀ ਨਾ, ਕਿਤੇ ਨਰਕਾਂ 'ਚ ਨਾ ਜਾਣਾ ਪੈ ਜੇ। ਪਰ ਗੁਰਮਤ ਨੇ ਮੌਤ ਦਾ ਡਰ ਕੱਟਿਆ, ਡਰਾਇਆ ਨਹੀਂ ਹੈ। ਜਿਹੜਾ ਧਰਮ ਤੁਹਾਡੇ ਅੰਦਰ ਮੌਤ ਦਾ ਡਰ ਪੈਦਾ ਕਰੇ ਜਾਂ ਰੱਬ ਦਾ ਡਰ ਪੈਦਾ ਕਰੇ, ਵੀ ਉਹ ਧਰਮ ਕਾਹਦਾ ਹੈ? ਅੰਦਰ ਚਾਹ ਪੈਦਾ ਕਰਦੀ ਹੈ ਗੁਰਬਾਣੀ। ਗੁਰਬਾਣੀ ਕਹਿੰਦੀ ਕਿਹੜੀ ਮੌਤ ਦੀ ਗੱਲ ਕਰਦੇ, ਕਿਹੜੇ ਧਰਮਰਾਜ ਦੀ ਗੱਲ ਕਰਦੇ? ਤੁਸੀਂ ਗੁਰਬਾਣੀ ਪੜੋਗੇ ਤੁਹਾਡੇ ਅੰਦਰ ਜਿਉਣ ਦਾ ਚਾਹ ਪੈਦਾ ਹੋਏਗਾ। ਬਾਬਾ ਕਬੀਰ ਸਾਹਿਬ ਜੀ ਦੇ ਕਿੰਨੇ ਪਿਆਰੇ ਬਚਨ ਕਹਿਣਗੇ, ਆਹ ਮੇਰੀ ਬੁੱਧ ਕੋ ਜੰਮ ਨਾ ਕਰੇ ਤਿਸਕਾਰ, ਜਿਹਨੇ ਇਹ ਜੰਮੂਆਂ ਸਿਰਜਿਆ, ਜੰਮੂਆਂ ਮਾਮੂਲੀ ਜਿਹਾ ਜੰਮ, ਸੋ ਜਪਿਆ ਪਰਵਰਦਗਾਰ। ਮੈਂ ਤੇ ਉਸ ਪਰਵਰਦਗਾਰ ਦੇ ਪਿਆਰ ਜੁੜ ਗਿਆ, ਮੈਨੂੰ ਕੋਈ ਪਰਵਾਹ ਹੀ ਨਹੀਂ ਇਸ ਜੰਮ ਦੀ, ਕੋਈ ਡਰ ਨਹੀਂ ਹੈ। ਧਰਮਰਾਜ ਅਬ ਕਹਾਂ ਕਰੇਗੋ, ਧਰਮਰਾਜ ਕੀ ਮੈਨੂੰ ਕੀ ਕਰ ਸਕਦਾ ਜੀ? ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਰੱਬ ਦੇ ਪਿਆਰ 'ਚ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੇ ਪਿਆਰ ਜੁੜਿਆ, ਜਮਾਂ ਦਾ ਡਰ ਵੀ ਖਤਮ ਹੋ ਜਾਂਦਾ। ਸੁਣ ਕਹਿ ਜਮ ਕਹਿ ਦੂਤ ਨਾਏ ਤੇਰੇ ਛੱਡ ਜਾਏ। ਹੁਣ ਦੁਨੀਆਂ ਦਾ ਕੋਈ ਦੁੱਖ ਮੌਤ ਤੋਂ ਵੱਡਾ ਤਾਂ ਨਹੀਂ ਨਾ। ਜਿਸ ਮਨੁੱਖ ਦੇ ਮਨ 'ਚੋਂ ਮੌਤ ਦਾ ਹੀ ਦੁੱਖ ਖਤਮ ਹੋ ਗਿਆ, ਬਾਕੀ ਦੁੱਖ ਉਹਦੇ ਨੇੜੇ ਕਿੱਥੇ ਰਹਿਣਗੇ? ਸਾਹਿਬ ਕਹਿੰਦੇ ਰੱਬ ਦੇ ਪਿਆਰੇ ਸਤ ਸੰਗਤ ਰਾਹੀਂ ਹਰ ਵੇਲੇ ਇਸ ਕਰਕੇ ਪਰਮਾਤਮਾ ਦੇ ਪਿਆਰ ਜੁੜੇ ਰਹਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਸਤ ਸੰਗਤ ਵਿੱਚ ਆ ਕੇ ਸਾਡਾ ਸਰੀਰ ਪਵਿੱਤਰ ਹੁੰਦਾ, ਸਤ ਸੰਗਤ ਵਿੱਚ ਆ ਕੇ ਸਾਡੇ ਅੰਦਰੋਂ ਜਮਾਂ ਦਾ ਡਰ ਮਿਟਦਾ,
ਦੇਖੋ ਜੀ, ਇੱਕ ਤੇ ਮੌਤ ਤੋਂ ਬਾਹਰ ਜਮ ਨੇ ਜਿਨ੍ਹਾਂ ਦਾ ਡਰ ਸਾਨੂੰ ਸਤਾਈ ਜਾ ਰਿਹਾ, ਜਿਨ੍ਹਾਂ ਦੇ ਡਰ ਦੇ ਨਾਂ ਤੇ ਡਰਾਇਆ ਜਾਂਦਾ। ਇੱਕ ਜਿਉਂਦੇ ਜੀ ਜਮ ਚੰਬੜੇ ਪਏ ਨੇ, ਉਹ ਜਮ ਕੀ ਹੈ? ਕ੍ਰੋਧ, ਹੰਕਾਰ, ਚਿੰਤਾ, ਬੁਰਾਈਆਂ, ਇਹ ਜਮਾਂ ਦੇ ਦੋਤ ਹੀ ਨੇ ਵੀ ਜ਼ਿੰਦਗੀ ਪਰ ਸਾਨੂੰ ਚੰਬੜੇ ਹੋਏ ਨੇ। ਹਰ ਵੇਲੇ ਸਾਡੇ ਸਿਰ ਤੇ ਜਮਾਂ ਦਾ ਡੰਡਾ ਰਹਿੰਦਾ ਹੈ। ਜਮਕਾਲ ਸਹਿ ਸਿਰ ਡੰਡਾ ਹੈ, ਸਾਕਤ ਹਰ ਸਾਦ ਨ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਇਹਨਾਂ ਜਮਾਂ ਦੇ ਡਰ ਤੋਂ ਵੀ ਆਪਾਂ ਸਤਸੰਗਤ ਵਿੱਚ ਆ ਕੇ ਬੈਠਦੇ। ਇਮਾਨਦਾਰੀ ਨਾਲ ਦੇਖੋ, ਜਿੰਨਾ ਜਿਸ ਵੇਲੇ ਗੁਰੂ ਕੀ ਹਜ਼ੂਰੀ 'ਚ ਗੁਰਬਾਣੀ ਰਾਹੀਂ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜਦੇ, ਸਭ ਚਿੰਤਾਵਾਂ ਮੁੱਕ ਜਾਂਦੀਆਂ ਨੇ, ਸੁਰਤ ਹੌਲੀ ਫੁੱਲ ਹੋ ਜਾਂਦੀ ਹੈ। ਅਤੇ ਜੇ ਹਮੇਸ਼ਾ ਹੀ ਆਪਾਂ ਰੱਬ ਦੇ ਪਿਆਰ ਜੁੜੇ ਰਹੀਏ, ਸਾਡੇ ਅੰਦਰ ਪਰਮਾਤਮਾ ਦਾ ਪਿਆਰ ਧਿਆਨ ਰਹੇ, ਤਾਂ ਸਾਡਾ ਜੀਵਨ ਕਿੰਨਾ ਵਧੀਆ ਬਣ ਜਾਏਗਾ। ਸਾਹਿਬ ਕਹਿੰਦੇ ਸਤਸੰਗਤ ਵਿੱਚ ਆ ਕੇ ਸਾਡੇ ਅੰਦਰੋਂ ਜਮਾਂ ਦਾ ਡਰ ਮਿਟਦਾ, ਇਸ ਕਰਕੇ ਰੱਬ ਦੇ ਪਿਆਰੇ ਸਤਸੰਗਤ ਰਾਹੀਂ ਪ੍ਰਭੂ ਦੇ ਪਿਆਰ ਜੁੜੇ ਰਹਿੰਦੇ ਨੇ। ਮਹਾਂਪਤਦ ਕੇ ਪਾਤਕ ਉਤਰਹਿ ਹਰ ਨਾਮਾ ਉਰ ਧਾਰੇ। ਜਿਹੜੇ ਰੱਬ ਦੇ ਪਿਆਰੇ ਸਤਸੰਗਤ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪਰਮਾਤਮਾ ਦੇ ਨਾਮ ਨੂੰ ਜਦੋਂ ਆਪਣੇ ਹਿਰਦੇ 'ਚ ਵਸਾ ਲੈਂਦੇ ਨਾ, ਜਿਹੜਾ ਵੀ ਵਸਾ ਲਏਗਾ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਜਾਏਗਾ। ਗੁਰਬਾਣੀ 'ਚ ਉਦਾਹਰਣਾਂ ਦਿੱਤੀਆਂ ਕਿ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਅਜਾਮਲ ਨੂੰ ਪਾਪੀ ਕਹਿੰਦਾ ਸੀ ਸਮਾਜ ਕਿ ਇਹਦਾ ਨਹੀਂ ਉਧਾਰ ਹੋਣਾ, ਲੇਕਿਨ ਗੁਰਬਾਣੀ ਕਹਿੰਦੀ ਇੱਕ ਨਿਮਖ ਵਿੱਚ ਉਹਦਾ ਉਧਾਰ ਹੋ ਗਿਆ। ਇੱਕ ਨਿਮਖ ਦਾ ਅਰਥ ਹੁੰਦਾ ਐਨ ਅੱਖ ਦੇ ਫੋਰ ਦੇ ਵਿੱਚ ਉਹ ਮੁਕਤ ਹੋ ਗਿਆ ਉਗਣਾ ਤੋਂ, ਬੁਰਾਈਆਂ ਤੋਂ। ਉਧਾਰ ਦਾ ਅਰਥ ਨਹੀਂ ਕਿ ਉਹ ਮਰ ਗਿਆ, ਉਧਾਰ ਦਾ ਅਰਥ ਇਹ ਹੈ ਕਿ ਬੁਰਾਈਆਂ ਤੋਂ ਮੁਕਤ ਹੋ ਗਿਆ। ਜਿਹਨੂੰ ਆਪਾਂ ਮੁਕਤੀ ਕਹਿੰਦੇ ਹਾਂ, ਮੁਕਤੀ ਦਾ ਅਰਥ ਹੀ ਬੁਰਾਈਆਂ ਤੋਂ ਮੁਕਤ ਹੋਣਾ, ਚਿੰਤਾ ਤੋਂ ਮੁਕਤ ਹੋਣਾ, ਦੁੱਖਾਂ ਤੋਂ ਮੁਕਤ ਹੋਣਾ। ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਮੁਕਤ ਹੋਣਾ। ਅਤੇ ਅਸੀਂ ਤਾਂ ਸੋਚਦੇ ਕਿ ਮਰਨ ਤੋਂ ਬਾਅਦ ਮੁਕਤੀ ਮਿਲਣੀ ਹੈ, ਉਹ ਕੋਈ ਸਾਨੂੰ ਮੁਕਤੀ ਦਵਾ ਦੇਵੇਗਾ, ਕਿਤੇ ਦਾਨ ਪੁੰਨ ਕਰਾਂਗੇ ਤਾਂ ਮੁਕਤੀ ਮਿਲ ਜਾਏਗੀ, ਪਾਠ ਪੂਜਾ ਕਰਾਵਾਂਗੇ ਤਾਂ ਮੁਕਤੀ ਮਿਲ ਜਾਏਗੀ। ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਮੁਕਤ ਹੋਣਾ, ਮੁਕਤੀ ਦਾ ਅਰਥ ਹੈ ਵਿਕਾਰਾਂ ਤੋਂ ਮੁਕਤ ਹੋਣਾ, ਮੁਕਤੀ ਦਾ ਅਰਥ ਹੈ ਬੁਰਾਈਆਂ ਤੋਂ ਮੁਕਤ ਹੋਣਾ, ਚਿੰਤਾਵਾਂ ਤੋਂ ਮੁਕਤ ਹੋਣਾ। ਸੁਤੰਤਰ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਵਸ ਗਿਆ, ਉਹ ਤੇ ਜਿਉਂਦਾ ਹੀ ਮੁਕਤ ਹੈ, ਉਹ ਆਪ ਵੀ ਮੁਕਤ ਹੈ, ਲੋਕਾਂ ਨੂੰ ਵੀ ਮੁਕਤ ਕਰਦਾ ਚਿੰਤਾਵਾਂ ਤੋਂ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਪਤਾ ਹੈ ਕਿ ਸਤ ਸੰਗਤ ਵਿੱਚ ਆ ਕੇ ਜਦੋਂ ਵਾਹਿਗੁਰੂ ਜੀ ਦਾ ਨਾਮ ਸੁਰਤ ਵਿੱਚ ਵਸ ਗਿਆ, ਹਿਰਦੇ 'ਚ ਵਸ ਗਿਆ, ਤੇ ਵੱਡੇ ਵੱਡੇ ਪਾਪੀਆਂ ਦਾ ਉਧਾਰ ਵੀ ਹੋ ਜਾਂਦਾ। ਸੱਜਣ ਠੱਗ ਦੀ ਗੱਲ ਅਸੀਂ ਕਰਦੇ ਹਾਂ, ਬੜਾ ਅਪਰਾਧੀ ਸੀ, ਬਾਹਰੋਂ ਧਰਮਸ਼ਾਲ ਬਣਾਈ ਹੈ, ਦੁਨੀਆ ਕਹਿੰਦੀ ਲੈ ਵੀ ਰਹਿਣ ਲਈ ਬੜੀ ਸੋਹਣੀ ਥਾਂ, ਆਉਂਦੇ ਨੇ ਲੋਕ, ਵਧੀਆ ਵਧੀਆ ਭੋਜਨ ਖਵਾਉਂਦਾ, ਬੜੀ ਆਓ ਭਗਤ ਕਰਦਾ, ਰਾਤ ਨੂੰ ਕਤਲ ਕਰਕੇ ਖੂਹ ਸੁੱਟ ਦਿੰਦਾ। ਅੱਜ ਵੀ ਬੜੇ ਸੱਜਣ ਠੱਗ ਸਾਨੂੰ ਨਜ਼ਰ ਨਹੀਂ ਆਉਂਦੇ, ਅਤੇ ਬਾਬਾ ਨਾਨਕ ਜੀ ਦੀ ਬੜੀ ਦੂਰ ਦ੍ਰਿਸ਼ਟੀ ਸੀ, ਔਰ ਸਤਿਗੁਰੂ ਜੀ ਬੜੇ ਮਹਾਨ ਸੂਰਬੀਰ ਯੋਧੇ ਸਨ, ਉਸ ਜ਼ਹਿਰੀਲੇ ਨਾਗ ਨੂੰ ਉਹਦੀ ਖੁੱਡ ਵਿੱਚ ਜਾ ਕੇ ਲੱਭ ਲਿਆ, ਨਹੀਂ ਤਾਂ ਹੱਥ ਪਾਉਣਾ ਬੜਾ ਔਖਾ ਇਹੋ ਜਿਹੇ ਥਾਵਾਂ 'ਤੇ। ਅੱਜ ਵੀ ਬੜੇ ਨੇ ਸੱਜਣ ਠੱਗ, ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਵਾਲੇ, ਬਾਹਰੋਂ ਧਾਰਮਿਕ ਪਰ ਅੰਦਰ ਲੁੱਟਣ ਲਈ ਬੈਠੇ ਨੇ ਸਮਾਜ ਨੂੰ। ਔਰ ਉਹ ਸੱਜਣ ਠੱਗ ਦੀ ਸੁਰਤ ਵਿੱਚ ਜਦੋਂ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਇੱਕ ਖਿਣ 'ਚ ਰੱਬ ਦਾ ਭਗਤ ਬਣ ਗਿਆ। ਅਸੀਂ ਭਾਵੇਂ ਉਹਨੂੰ ਅਜੇ ਵੀ ਠੱਗ ਕਹਿੰਦੇ ਹਾਂ, ਪਰ ਸੱਜਣ ਠੱਗ ਸਿੱਖੀ ਦਾ ਬੜਾ ਤਗੜਾ ਪ੍ਰਚਾਰਕ ਬਣ ਗਿਆ। ਸੱਜਣ ਠੱਗ ਦੀ ਉਹ ਧਰਮਸ਼ਾਲ ਜਿੱਥੇ ਲੋਕਾਂ ਦੇ ਕਤਲ ਹੁੰਦੇ ਸਨ, ਉਹ ਇੱਕ ਪਵਿੱਤਰ ਗੁਰਦੁਆਰਾ ਬਣ ਗਿਆ। ਇੱਕ ਗੁਰੂ ਕਾ ਸ਼ਬਦ ਉਹਨੇ ਸੁਣਿਆ, ਜੇ ਕਿਤੇ ਸਾਨੂੰ ਗੁਰੂ ਕਾ ਪ੍ਰਭੂ ਦਾ ਪਿਆਰਾ ਕੋ ਮਿਲ ਜਾਏ, ਸਤਸੰਗਤ ਵਿੱਚ ਸਾਡੀ ਸੁਰਤ ਜੁੜ ਜਾਏ, ਤੇ ਇੱਕ ਖਿਣ ਵਿੱਚ ਪਾਪੀਆਂ ਦਾ ਉਧਾਰ ਹੋ ਜਾਂਦਾ ਹੈ। ਗੁਰਬਾਣੀ ਕਹਿੰਦੀ ਹਰ ਕੇ ਭਜਨ ਕੌਣ ਕੌਣ ਨਾ ਤਾਰੇ, ਉਹ ਰੱਬ ਦੀ ਬੰਦਗੀ ਨੇ ਕਿਹਦਾ ਉਧਾਰ ਨਹੀਂ ਕੀਤਾ। ਔਰ ਗੁਰਬਾਣੀ 'ਚ ਸਾਨੂੰ ਥਾਂ ਥਾਂ 'ਤੇ ਉਦਾਹਰਣਾਂ ਦਿੱਤੀਆਂ, ਗਨਕਾ ਦੀ ਉਦਾਹਰਣ ਹੈ, ਅਜਾਮਲ ਦੀ ਉਦਾਹਰਣ ਹੈ। ਕਹਿਣ ਲੱਗੇ ਰੇ ਚਿਤ ਚੇਤ ਚੇਤੇ ਦੇਤ ਕਾਹੇ ਨਾ ਬਾਲਮੀਕੇ ਦੇਖ, ਬਾਲਮੀਕ ਜੀ ਰੱਬ ਦੀ ਬੰਦਗੀ ਕਰਕੇ ਕਿੰਨੇ ਮਹਾਨ ਬਣ ਗਏ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਬੰਦਿਆ, ਜੇ ਤੂੰ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇਗਾ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ, ਮਹਾਂਪਤਿਤ ਕੇ ਪਾਤਕ ਉਤਰੈ, ਜਿਨ੍ਹਾਂ ਨੂੰ ਕਿਹਾ ਜਾਂਦਾ ਨਾ ਕਿ ਤੁਹਾਡਾ ਉਧਾਰ ਕਿਤੇ ਨਹੀਂ ਹੋਣਾ, ਤੁਸੀਂ ਕਦੀ ਮੁਕਤ ਨਹੀਂ ਹੋ ਸਕਦੇ। ਗੁਰਬਾਣੀ ਕਹਿੰਦੀ ਉਹ ਵੱਡੇ ਵੱਡੇ ਪਾਪੀਆਂ ਦਾ ਉਧਾਰ ਸਤਸੰਗਤ ਵਿੱਚ ਆ ਕੇ ਹੋ ਜਾਂਦਾ। ਜਦੋਂ ਉਹ ਸਤਸੰਗਤ ਵਿੱਚ ਆਪਣੀ ਸੁਰਤ ਨੂੰ ਪਰਮਾਤਮਾ ਦੇ ਪਿਆਰ ਜੋੜਦੇ ਨੇ, ਹਰ ਨਾਮਾ ਉਰ ਧਾਰੈ, ਜਦੋਂ ਸਤਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਰਾਹੀਂ ਇੱਕ ਬੜਾ ਪਿਆਰਾ ਸੁਨੇਹਾ ਦਿੱਤਾ ਹੈ। ਦੇਖੋ ਆਪਣ ਸਾਡਾ ਮਨ ਥਾਂ ਥਾਂ 'ਤੇ ਭਟਕਦਾ, ਸਰੀਰਕ ਤੌਰ 'ਤੇ ਆਪਾਂ ਬੜੇ ਭਟਕਦੇ ਹਾਂ ਸੁੱਖਾਂ ਦੀ ਖਾਤਰ,
द्वारे द्वार स्वान ज्यों डोलत ने सुध राम भजन की। सुख कह हेत बहुत दुख पावत। सतगुरु जी कहते सेव करत जन जन की, द्वारे द्वार स्वान ज्यों डोलत ने सुध राम भजन की। सुखां की खातर असं बड़े दुख उठाने, सानू कह देवे ना कोई फलाने थां ते फलाना बंदा जी उतो यह चीज मिल जाए, भजे जाने सब कुछ छड़ छड़ा के, फलाने थां ते गया चीज मिलती सी भजे जाने। गुरु बाबा जी कहिंदे कि बंदे नूं अपनी जिंदगी च परमात्मा दा ज्ञान नहीं, जो कुछ रब ने दिता है उहदा ज्ञान नहीं, ते बंदा दर दर ते इधर उधर भज्जा फिरदा सुखां दी खातर दुख उठा रहा है। जे किते बंदा सत संगत राहीं रब दे प्यार जुड़ जाए, सारे सुख साडे अंदर ही ने, बाहरों कितों नहीं मिलने, ना किसी मनुख ने देने ने, ना किसी वस्तु ने देने ने, वह सुख तुहाडे अंदर बैठे ने। इस करके सतगुरु जी कहिंदे जदों कोई बंदा सत संगत विच आ के परमात्मा दे नाम नाल जुड़ जाए उहदी की अवस्था बनती है। गुरु अर्जन देव जी दे वचन कि कबहू साध संगत उपावै, उस स्थान ते बहु रणा आवै, अंतर होए ज्ञान प्रगास, उस स्थान का नहीं विनाश। सत संगत विच आ के तुहानू ज्ञान मिलदा है, सोझी मिलती है कि तुहानू रब ने की कुछ दिता है, तुहाडे अंदर किन्ने खजाने भरे ने, मत विच रतन जवाहर माणक भरे पए ने तुहाडे अंदर, कितने भटकन की लोड़ नहीं है। कहणगे जो अंदर चानण हुंदा है, सोझी हुंदी है, फिर बंदा इहो जी थां नूं कदी छड़दा नहीं है। फिर की हुंदा है, जदों अंदरों मनुख ज्ञानवान हो जांदा है, जागृत हो जांदा है, अवेयर हो जांदा है, फिर बंदा कितने भटकदा नहीं है। भटकदा कदों बंदा जदों अग्ञानी हुंदा है, सिर्फ अग्ञानी बंदा भटकदा है, ज्ञानवान नहीं भटकदा। जदों अंदरों दी चेतना अवेयरनैस आ जाती है, फिर की हुंदा है, ज्यों जल मैं जल आए खटन, त्यों ज्योति संग ज्योत समन, मिट गए गमन पाए विश्राम, नानक प्रभ कै सद कुरबान। बंदा सत संगत राही परमात्मा च हर वेले इवें जुड़िया रहिंदा, जिवें पानी पानी च समा जांदा, हर वेले काम कार करदिआं वी परमात्मा जुड़िया रहिंदा, किरत विरत करदिआं उठदिआं बैठदिआं सुत्तिआं जागदिआं आनंद विच रहिंदा। सतगुरु जी कहिंदे ने जिन्हां ने सत संगत राही परमात्मा दे नाम नाल सांझ पा ली, सत संगत विच जरूर आना है, पर जदों आना माफ करना केवल गुरु कोल जुड़न दे लई आना है। जिन्हों सत संगत विच आ के जुड़ना आ गया, वो काम कार करदियां भी जुड़िया रहेगा। जिहड़ा सत संगत विच आ के ना जुड़ सके वह कितने नहीं जुड़ेगा, किसी करामात ने नहीं तुहानू जोड़ना, किसी ने छू मंत्र मार के तुहाडी सुरत नूं रब विच नहीं जोड़ना। इहदे लई ते रोज अभ्यास करना पैना है, प्रैक्टिस करनी पैनी है। दुनियावी तौर पर तुसी तंदुरुस्त होना है तो रोज़ एक्सरसाइज करते ना आपां, तुसी दुनियावी तौर पर कोई विद्या लैनी तो रोज़ पढ़ते हैं आपां, रोज़ आपां किताबां पढ़ते हैं, एक्सपीरियंस कर लैने, आपां थां थां ते जाने हैं। जे आपां अध्यात्मक तौर पर बलवान बनना है जां अपनी सुरत नूं टिकाउणा है, तो दिल्ली रोज़ आपां ये एक्सरसाइज करिए, सत संगत च बैठिया करिए, रोज़ अमृत वेले उठ के परमात्मा दे प्यार च जुड़िया करिए, अपनी सुरत नूं रब वाले बन्ने लाउण दा जतन करिया करिए। सुख तां रब दे प्यार चों ही मिलना है। गुरबाणी कहिंदी बंदिया जिथे मर्जी भज के देख ला। सियाणियां दा इक कथन है कि मच्छी जिहड़ी उह पत्थर चट के मुड़दी है। कई बंदे जिंदगी भर बड़े बड़े रुतबे लै लैंदे ने, मुबारक ने रुतबे, बंदियां लई बंदियां नहीं मनणे ने, कोई गल नहीं है, रुतबे माड़ी चीज नहीं है, पर बंदा सारी जिंदगी रुतबियां दी खातर झूठ बोलदा है, लोगों के उपर धक्का जोड़ी करदा, जदों मरन लगदा फिर कहिंदा बुलाओ किसी नूं कोल बैठ के सुखमनी साहिब ही सुणा दे। उदों सुखमनी साहिब की करेगा भाई, जीउंदे जी ते कदी पढ़िया ही नहीं, जीउंदे जी ते कदी रब नूं चे, अखीर वेले ते गल उत्थे ही आई ना, करो को अरदास, भावें कोई अरबपति ते भावें दुनिया दा मालिक, यही गल कही जांदी भी इहदे लई कोई अरदास करो। जे अखीर वेले उत्थे आउणा ते आपां पहलां तो क्यों नहीं शुरू कर दिंदे, गल ते इत्थे ही आके मुकनी साडी सारिआं दी, भावें कोई गरीब है ते भावें अमीर है, भावें कोई पढ़िया ते भावें अनपढ़ है, भावें कोई राजा ते भावें परजा है, आपां शुरू तो क्यों नहीं अपनी जिंदगी नूं रब वाले बन्ने लगा लेंदे। इस करके सतगुरु जी कहिंदे जिहड़ा वाहिगुरु जी दे नाम नूं अपने हिरदे च वसा लेगा, उहदे अंदरों मैल मिट जाएगी। देखो एक वह है कपड़ा जिन्हों आप रोज़ साफ रखते हैं, वह साफ रहेगा, कोई बर्तन है, कोई घर है, रोज़ सफाई रखी साफ रहेगा। हुण तुसीं कहो जी 25-30 साल उस हुण गंद पाई जाओ, रज के कूड़ा करकट पैण दो जो पैंदा, तो एक दिन कहो जी आके तुसीं इहनूं हुण साफ कर दिओ, वह किदां हो जाएगा एक दिन। हुण सारी जिंदगी ते आपां कूड़ ही ढोई गए, सारी जिंदगी ते आपां पापां दी कमाई कीती, सारी जिंदगी ते लोकां दीआं लानतां लईआं, ते अखीरे कहो जी लियाओ को महापुरख नूं को मंत्र तंत्र मारे इहदा हुण उधार हो जाओ, किवें हो जाएगा जी उधार, मरण तो बाद नहीं उधार, ते जीउंदे जी होणा सी।
ਪਰ ਜਿਉਂਦੇ ਜੀ ਆਪਾਂ ਦੱਬੀ ਗਏ ਆਪਣੇ ਆਪ ਨੂੰ ਕੂੜ ਦੇ ਹੇਠਾਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਸ ਦੇ ਹਿਰਦੇ ਚ ਵੀ ਪਰਮਾਤਮਾ ਦਾ ਨਾਮ ਵਸ ਜਾਏਗਾ ਉਹ ਮੁਕਤ ਹੋ ਜਾਏਗਾ, ਉਹ ਪਵਿੱਤਰ ਹੋ ਜਾਏਗਾ। ਆਪਾਂ ਰੋਜ਼ ਹੀ ਕਿਉਂ ਨਹੀਂ ਆਪਣੇ ਆਪ ਨੂੰ ਪਵਿੱਤਰ ਕਰਨ ਦਾ ਯਤਨ ਕਰਦੇ? ਦੇਖੋ ਸਾਡਾ ਤੇ ਮਾਰਗ ਹੀ ਬੜਾ ਪਿਆਰਾ ਹੈ, ਤੁਸੀਂ ਕਿਰਤ ਵੀ ਕਰੋ। ਦੇਖੋ ਗੁਰਮਤਿ ਦਾ ਮਾਰਗ ਨਾਨਕ ਸਤਿਗੁਰ ਭੇਟੀ ਹੈ, ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਖਵੰਦਿਆਂ ਪਹਿਨੰਦਿਆਂ ਵਿੱਚੇ ਹੋਵੇ ਮੁਕਤ। ਤੁਸੀਂ ਖਾਓ ਪੀਓ ਵੀ, ਦੁਨੀਆਂ ਦੀਆਂ ਸੁੱਖ ਸਹੂਲਤਾਂ ਮਾਣੋ, ਸੋਹਣੇ ਘਰ ਹੋਣ, ਸੋਹਣੀਆਂ ਗੱਡੀਆਂ, ਸੋਹਣੇ ਕਾਰਾਂ, ਦੁਨੀਆਂ ਦਾ ਮਨੋਰੰਜਨ ਵੀ ਤੁਹਾਡੇ ਕੋਲ ਹੋਣਾ ਚਾਹੀਦਾ, ਪਰ ਪਰਮਾਤਮਾ ਨਹੀਂ ਭੁੱਲਣਾ ਚਾਹੀਦਾ। ਇਹਦੇ ਵਿੱਚ ਰਹਿੰਦੇ ਆਪਾਂ ਦੁੱਖਾਂ ਤੋਂ ਮੁਕਤ ਹੋਣਾ, ਰਾਜ ਵਿੱਚ ਯੋਗ ਨੂੰ ਆਪਾਂ ਮੰਨਣਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ, ਭਾਵੇਂ ਉਹ ਗਰੀਬ ਹੈ, ਅਮੀਰ ਹੈ, ਚੰਗਾ ਹੈ, ਮਾੜਾ ਹੈ। ਗੁਰਬਾਣੀ ਕਹਿੰਦੀ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ ਜਿਨ ਦਾ ਅਰਥ ਹੈ ਕਿ ਭਾਵੇਂ ਕੋਈ ਵੀ ਮਨੁੱਖ ਚੰਗਾ ਮਾੜਾ ਉੱਚਾ ਨੀਵਾਂ ਗਰੀਬ ਅਮੀਰ, ਜਿਹੜਾ ਵੀ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ ਉਹਦੀ ਜ਼ਿੰਦਗੀ ਦੇ ਕਾਰਜ ਰਾਸ ਹੋ ਜਾਣਗੇ। ਸਾਹਿਬ ਜੀ ਕਹਿੰਦੇ ਜਿਹੜਾ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਚ ਵਸਾਏਗਾ ਉਹ ਪਵਿੱਤਰ ਹੋ ਜਾਏਗਾ। ਜੋ ਜੋ ਸੁਨੇ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁੱਖ ਨਾਸਾ। ਸਾਡੀ ਜ਼ਿੰਦਗੀ ਚ ਦੋ ਦੁੱਖ ਬੜੇ ਵੱਡੇ, ਇੱਕ ਜਨਮ ਦਾ ਤੇ ਇੱਕ ਮਰਨ ਦਾ। ਜਨਮ ਦਾ ਤੇ ਲੰਘ ਗਿਆ ਆਪਾਂ ਬਹੁਤਾ ਧਿਆਨ ਦਿੰਦੇ, ਤੇ ਮੌਤ ਦਾ ਜਨਮ ਦੁੱਖ ਸਾਡੀ ਅੱਖਾਂ ਦੇ ਸਾਹਮਣੇ ਹਮੇਸ਼ਾ ਰਹਿੰਦਾ, ਪਤਾ ਨਹੀਂ ਕਿੱਦਾਂ ਮਰਾਂਗੇ, ਕਿਤੇ ਸਾਡੀ ਮੌਤ ਨਾ ਆ ਜਾਏ, ਔਰ ਮੌਤ ਸਾਨੂੰ ਹਰ ਵੇਲੇ ਡਰਾਉਂਦੀ ਰਹਿੰਦੀ ਹੈ। ਸਾਹਿਬ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਪਵਿੱਤਰ ਨਾਮ ਨੂੰ ਨਿਰਮਲ, ਨਿਰਮਲ ਦਾ ਅਰਥ ਮੈਲ ਤੋਂ ਰਹਿਤ, ਦੁਨੀਆਂ ਦੀ ਕੋਈ ਚੀਜ਼ ਮੈਲ ਤੋਂ ਰਹਿਤ ਨਹੀਂ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਗੱਲ ਕਿ ਮੈਲਾ ਬ੍ਰਹਮਾ ਮੈਲਾ ਇੰਦਰ ਰਵ ਮੈਲਾ, ਮੈਲਾ ਹੈ ਚੰਦ ਮੈਲਾ ਮਲਤਾ ਇਹ ਸੰਸਾਰ, ਇਹ ਸਾਰੀ ਦੁਨੀਆਂ ਮੈਲ ਨਾਲ ਭਰੀ ਪਈ ਹੈ। ਸਤਿਗੁਰੂ ਜੀ ਦੇ ਬਚਨ ਨੇ ਕਿ ਤੁਸੀਂ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜੋਗੇ ਤੁਹਾਡੀ ਮੈਲ ਮਿਟੇਗੀ। ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਗਏ ਸੱਚ ਬਿਨਾਂ। ਸਾਰਾ ਸੰਸਾਰ ਰੋਗੀ ਹੈ, ਦੁਖੀ ਹੈ, ਉਹਦਾ ਕਾਰਨ ਕੀ ਹੈ ਕਿ ਇਹ ਸੱਚ ਨਾਲੋਂ ਟੁੱਟ ਗਿਆ ਤੇ ਅੰਦਰ ਮੈਲ ਲੱਗ ਗਈ ਹੈ। ਸਰੀਰ ਨੂੰ ਮੈਲ ਲੱਗੀ ਹੋਏ, ਸਰੀਰ ਤੇ ਰੋਗ ਆ ਜਾਂਦੇ ਨੇ, ਕੱਪੜੇ ਮੈਲੇ ਹੋਣ, ਅਸੀਂ ਜੋ ਕੁਝ ਖਾਂਦੇ ਪੀਂਦੇ ਜੇ ਉਹ ਸਾਫ ਸੁਥਰਾ ਨਾ ਹੋਏ ਤੇ ਉਹ ਸਾਡੇ ਸਰੀਰ ਵਿੱਚ ਰੋਗ ਪੈਦਾ ਕਰਦਾ, ਮੈਲ ਰੋਗ ਪੈਦਾ ਕਰਦੀ ਹੈ, ਘਰ ਵਿੱਚ ਗੰਦਗੀ ਪਈ ਰਹੇ। ਦੇਖੋ ਬਹੁਤੇ ਸਾਰੇ ਦੁੱਖ ਜਿਹੜੇ ਨੇ ਉਹ ਸਾਡੇ ਰਹਿਣ ਬਹਿਣ ਤੇ ਖਾਣ ਪੀਣ ਤੋਂ ਸ਼ੁਰੂ ਹੁੰਦੇ, ਰੱਬ ਨੇ ਕੋਈ ਦੁੱਖ ਨਹੀਂ ਲਗਾਇਆ। ਇਹ ਪਰੇਸ਼ਾਨੀਆਂ ਸਾਡੀ ਸੋਚ ਵਿੱਚ ਨੇ, ਇਹ ਪਰੇਸ਼ਾਨੀਆਂ ਸਾਡੇ ਜਿਉਣ ਦੇ ਢੰਗ ਵਿੱਚ ਨੇ, ਰੱਬ ਨੇ ਦੇਖੋ ਪਰੇਸ਼ਾਨੀ ਨਹੀਂ ਦਿੱਤੀ, ਰੱਬ ਨੇ ਕੋਈ ਦੁੱਖ ਨਹੀਂ ਲਗਾਇਆ, ਰੱਬ ਕਿਉਂ ਦੁਖੀ ਕਰੇਗਾ ਸਾਨੂੰ, ਰੱਬ ਤੇ ਸਾਡਾ ਮਾਂ ਪਿਓ ਹੈ। ਰੱਬ ਨੇ ਤੇ ਸੁੱਖ ਮੰਨਣ ਲਈ ਇੰਨੀ ਕੀਮਤੀ ਜ਼ਿੰਦਗੀ ਦਿੱਤੀ, ਅਸੀਂ ਕਹਿੰਦੇ ਜੀ ਰੱਬ ਕੋਲੋਂ ਸੁੱਖ ਮੰਗ ਲਓ, ਰੱਬ ਕੋਲੋਂ ਮੰਗਣ ਦੀ ਕੀ ਲੋੜ, ਉਹ ਤੇ ਬਿਨਾਂ ਮੰਗਣ ਤੋਂ ਦੇ ਰਿਹਾ ਜੀ। ਅਸੀਂ ਕਹਿੰਦੇ ਜੀ ਬੜੀ ਫਲਾਣੇ ਥਾਂ ਅਰਦਾਸ ਕੀਤੀ ਚੀਜ਼ ਮਿਲ ਗਈ, ਫਲਾਣੇ ਕੋਲ ਗਏ ਚੀਜ਼ ਮਿਲ ਗਈ, ਕਿੰਨੀ ਹੈਰਾਨੀ ਦੀ ਗੱਲ। ਜਦੋਂ ਮਨੁੱਖਾ ਜ਼ਿੰਦਗੀ ਲੈਣੀ ਸੀ ਗਏ ਸੀ ਫਲਾਣੇ ਥਾਂ, ਉਦੋਂ ਮਨੁੱਖਾ ਜ਼ਿੰਦਗੀ ਤੋਂ ਤੇ ਮਹਾਨ ਕੋਈ ਜ਼ਿੰਦਗੀ ਨਹੀਂ ਨਾ, ਉੱਤਮ ਚੀਜ਼ ਨਹੀਂ ਨਾ, ਤੇ ਇਹ ਤੇ ਬਿਨਾਂ ਮੰਗਣ ਤੋਂ ਮਿਲ ਗਈ। ਜੇ ਮਨੁੱਖਾ ਜ਼ਿੰਦਗੀ ਬਿਨਾਂ ਮੰਗਣ ਤੋਂ ਮਿਲ ਗਈ ਤੇ ਹੋਰ ਸਭ ਕੁਝ ਵੀ ਤੁਹਾਨੂੰ ਬਿਨਾਂ ਮੰਗਣ ਤੋਂ ਮਿਲ ਜਾਏਗਾ। ਪਰ ਕਾਰਨ ਇਹ ਹੈ ਕਿ ਅਸੀਂ ਸੋਚਦੇ ਬੜੇ ਸਿਆਣੇ, ਅਸੀਂ ਮੰਗੀਆਂ ਹੀ ਲੈ ਲਵਾਂਗੇ। ਰੱਬ ਨੇ ਜਿਵੇਂ ਆਪਾਂ ਕਦੀ ਦੇਖਦੇ ਸਾਂ ਧਰਤੀ ਚੋਂ ਆਪੇ ਪਾਣੀ ਨਿਕਲਦਾ, ਜੇ ਵੀ ਪਹਾੜੀ ਇਲਾਕੇ ਜਾਓ ਧਰਤੀ ਚੋਂ ਆਪੇ ਪਾਣੀ ਨਿਕਲਦਾ, ਲੇਕਿਨ ਜਿਉਂ ਜਿਉਂ ਮਨੁੱਖ ਸਿਆਣਾ ਹੋਈ ਗਿਆ ਇਹਨੇ ਉਹ ਪਾਣੀ ਨਿਕਲਣ ਦੇ ਸਾਧਨ ਬੰਦ ਕਰ ਦਿੱਤੇ। ਆਪਾਂ ਦੇਖਦੇ ਡੂੰਘੇ ਡੂੰਘੇ ਟਿਊਬਵੈੱਲ ਲਾ ਲਏ, ਹੁਣ ਧਰਤੀ ਚੋਂ ਪਾਣੀ ਕਿੱਥੇ ਨਿਕਲਣਾ, ਹੁਣ ਤੇ ਲੱਭਿਆ ਵੀ ਨਹੀਂ ਲੱਭਣਾ ਆਉਣ ਵਾਲੇ ਸਮੇਂ 'ਚ, ਅਸੀਂ ਇੰਨੇ ਸਿਆਣੇ ਬਣ ਗਏ। ਪ੍ਰਕਿਰਤੀ ਦੇ ਉਹ ਸੋਮੇ ਜਿਹੜੇ ਅਸੀਂ ਬੰਦ ਕਰ ਦਿੱਤੇ, ਬਿਲਕੁਲ ਏਦਾਂ ਪਰਮਾਤਮਾ ਹਰ ਮਨੁੱਖ ਦੇ ਉੱਪਰ ਵਰਖਾ ਕਰ ਰਿਹਾ ਸੁੱਖਾਂ ਦੀ, ਹਰ ਮਨੁੱਖ ਦੇ ਉੱਪਰ ਬੇਅੰਤ ਦਾਤਾਂ ਦੇ ਰਿਹਾ, ਲੇਕਿਨ ਅਸੀਂ ਉਹ ਜਿਹੜੇ ਦਾਤਾਂ ਦੇ ਸੋਮੇ ਨਾ ਉਹ ਬੰਦ ਕਰਦੇ ਆਪਣੀਆਂ ਚਲਾਕੀਆਂ ਰਾਹੀਂ, ਸਿਆਣਪਾਂ ਦੇ ਰਾਹੀਂ, ਕਿ ਸ਼ਾਇਦ ਅਸੀਂ ਹੇਰਾ ਫੇਰੀ ਕਰਕੇ ਬਹੁਤਾ ਲੈ ਲਵਾਂਗੇ, ਅਸੀਂ ਚਲਾਕੀ ਨਾਲ ਬਹੁਤਾ ਲੈ ਲਵਾਂਗੇ, ਅਸੀਂ ਜੀ ਇਸ ਤਰੀਕੇ ਨਾਲ ਬਹੁਤਾ ਲੈ ਲਵਾਂਗੇ, ਫਲਾਣੇ ਕੋਲ ਜਾ ਕੇ ਬਹੁਤਾ ਲੈ ਲਓ ਬਹੁਤਾ, ਫਿਰ ਅਸੀਂ ਉਹ ਸੋਮੇ ਬੰਦ ਕਰ ਦਿੱਤੇ। ਜਿੰਨਾ ਤੁਸੀਂ ਰੱਬ ਦੀ ਸਿਫਤ ਸਲਾਹ ਵਿੱਚ ਜੁੜਦੇ ਜਾਓਗੇ, ਸਤਿਗੁਰੂ ਜੀ ਨੇ ਕਿੰਨੇ ਪਿਆਰੇ ਬਚਨ ਵੇ, ਜਪਜੀ ਸਾਹਿਬ ਜੀ ਦਾ ਪਾਠ ਰੋਜ਼ ਪੜ੍ਹਦੇ ਹਾਂ ਨਾ, ਜਿੱਥੇ ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ ਕਿ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਵੱਡਾ ਦਾਤਾ ਤਿਲ ਨਾ ਤਮਾਏ, ਉਹ ਵੱਡਾ ਦਾਤਾ ਹੈ, ਉਹਨੂੰ ਤਿਲ ਜਿੰਨੀ ਕੋਈ ਤਮਾ ਨਹੀਂ ਹੈ, ਉਹਦੇ ਕੋਲ ਸਾਰੀ ਦੁਨੀਆਂ ਮੰਗ ਰਹੀ ਹੈ, ਬੇਅੰਤ ਦਾਤਾਂ ਪਰਮਾਤਮਾ ਦੇ ਰਿਹਾ ਹੈ। ਤੇ ਕਈ ਇਹੋ ਜਿਹੇ ਨੇ ਜਿਹੜੇ ਕਹਿੰਦੇ ਕਿ ਪਰਮਾਤਮਾ ਆਪੇ ਦੇਗਾ, ਤੇ ਅਖੀਰ ਤੇ ਬਚਨ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਪਰਮਾਤਮਾ ਆਪਣੀ ਸਿਫਤ ਸਲਾਹ ਦੇ ਦਿੰਦਾ ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ। ਇੱਕ ਨੇ ਦੁਨਿਆਵੀ ਪਾਤਸ਼ਾਹ ਜਿਹੜੇ ਆਪਣੇ ਯਤਨ ਦੇ ਨਾਲ ਮੱਲਾਂ ਮਾਰਦੇ ਨੇ, ਰਾਜ ਗੱਦੀਆਂ ਲੈਂਦੇ ਨੇ,
ਇਹ ਰਾਜਗੱਦੀਆਂ ਵਾਲੇ ਵੀ ਤੇ ਲੋਕਾਂ ਅੱਗੇ ਝੁਕਦੇ ਨੇ ਜਾ ਕੇ। ਜਿਹੜਾ ਪਰਮਾਤਮਾ ਦੇ ਪਿਆਰ ਚ ਜੁੜ ਜਾਂਦਾ ਹੈ ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ, ਉਹਦੇ ਕੋਲ ਉਹ ਆਨੰਦ ਆਉਂਦਾ ਜਿਹੜਾ ਦੁਨਿਆਵੀ ਪਾਤਸ਼ਾਹ ਕੋਲ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਵੀ ਪਰਮਾਤਮਾ ਦਾ ਨਾਮ ਸੁਣੇਗਾ, ਜੋ ਜੋ ਸੁਨੇ ਰਾਮ ਜਸ ਨਿਰਮਲ, ਪਰਮਾਤਮਾ ਦਾ ਜਸ ਨਿਰਮਲ ਹੈ, ਪਵਿੱਤਰ ਹੈ, ਮੈਲ ਤੋਂ ਰਹਿਤ ਹੈ। ਦੁਨੀਆਂ ਦੀ ਹਰ ਚੀਜ਼ ਮੈਲ ਦੇ ਨਾਲ ਭਰੀ ਹੈ। ਕਿਸੇ ਮਨੁੱਖ ਕੋਲ ਜਾਓਗੇ, ਕਿਸੇ ਪਦਾਰਥ ਨਾਲ ਜੁੜੋਗੇ, ਕਿਸੇ ਵਸਤੂ ਨਾਲ ਜੁੜੋਗੇ, ਰੁਤਬੇ ਨਾਲ ਜੁੜੋਗੇ, ਉੱਥੋਂ ਤੁਹਾਨੂੰ ਮੈਲ ਮਿਟੇਗੀ, ਹੰਕਾਰ ਮਿਲੇਗਾ। ਸਾਹਿਬ ਜੀ ਕਹਿੰਦੇ ਪਰਮਾਤਮਾ ਦਾ ਨਾਮ ਨਿਰਮਲ ਹੈ, ਜਿਹੜਾ ਸੁਣੇਗਾ ਤਾਕਾ ਜਨਮ ਮਰਨ ਦੁੱਖ ਨਾਸਾ। ਸਾਡੇ ਅੰਦਰ ਮੌਤ ਦਾ ਡਰ ਕਿਉਂ ਬੈਠ ਗਿਆ? ਦੇਖੋ ਨਿੱਕਾ ਜਿਹਾ ਬੱਚਾ ਹੁੰਦਾ ਨਾ, ਉਹਨੂੰ ਮੌਤ ਦੀ ਕੋਈ ਪਰਵਾਹ ਨਹੀਂ ਹੁੰਦੀ, ਉਹਨੂੰ ਕੋਈ ਵੈਰ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਉਹਦੇ ਅੰਦਰ ਨਫ਼ਰਤ ਨਹੀਂ, ਕੋਈ ਅੰਦਰ ਲੋਭ ਨਹੀਂ, ਉਹ ਬੜਾ ਬੇਪਰਵਾਹ ਹੁੰਦਾ, ਰੱਬ ਦਾ ਰੂਪ ਹੁੰਦਾ। ਲੇਕਿਨ ਜਦੋਂ ਬੱਚਾ ਸਿਆਣਾ ਹੋਣਾ ਸ਼ੁਰੂ ਹੋ ਜਾਂਦਾ, ਉਹਦੇ ਅੰਦਰ ਡਰ ਵੀ ਆਉਣਾ ਸ਼ੁਰੂ ਹੋ ਜਾਂਦਾ। ਜਿੰਨੀਆਂ ਸਿਆਣਪਾਂ ਉਹਨੇ ਜ਼ਿਆਦਾ ਡਰ, ਜਿੰਨੇ ਵੱਡੇ ਰੁਤਬੇ ਉਹਨੇ ਜ਼ਿਆਦਾ ਡਰ, ਜਿੰਨੇ ਆਪਾਂ ਜ਼ਿਆਦਾ ਲਾਲਚੀ ਹੁੰਦੇ ਜਾਂਦੇ ਉਹਨੇ ਜ਼ਿਆਦਾ ਡਰ, ਜਿੰਨੀ ਤ੍ਰਿਸ਼ਨਾ ਉਹਨਾਂ ਜ਼ਿਆਦਾ ਸਹਿਮ ਸਾਡੇ ਅੰਦਰ ਬੈਠਦਾ ਜਾਂਦਾ, ਉਹਨਾਂ ਹੀ ਸਾਡੇ ਅੰਦਰ ਮੌਤ ਦਾ ਡਰ ਡੂੰਘਾ ਹੋਈ ਚੱਲਿਆ ਜਾਂਦਾ, ਜਿੰਨੇ ਆਪਾਂ ਜ਼ਿਆਦਾ ਸਿਆਣੇ ਹੋਈ ਚੱਲੇ ਜਾਂਦੇ ਹਾਂ। ਜਦੋਂ ਆਪਾਂ ਸਤਸੰਗਤ ਵਿੱਚ ਆਵਾਂਗੇ, ਸਾਡੇ ਅੰਦਰੋਂ ਇਹ ਔਗੁਣ ਮਿਟਣਗੇ, ਮੈਲ ਮਿਟੇਗੀ, ਬੁਰਾਈਆਂ ਮਿਟਣਗੀਆਂ, ਉਹਨੇ ਆਪਾਂ ਅੰਦਰੋਂ ਨਿਰਭਉ ਹੋਈ ਜਾਵਾਂਗੇ, ਡਰ ਮਿਟਦਾ ਜਾਏਗਾ। ਸਤਿਗੁਰੂ ਜੀ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਹੜਾ ਨਿਰਭਉ ਦਾ ਸਿਮਰਨ ਕਰੇਗਾ ਉਹਦੇ ਸਾਰੇ ਡਰ ਮਿਟ ਜਾਣਗੇ, ਮੌਤ ਦਾ ਡਰ ਵੀ ਮਿਟ ਜਾਏਗਾ, ਹਰ ਤਰ੍ਹਾਂ ਦੀ ਚਿੰਤਾ ਮੁੱਕ ਜਾਏਗੀ, ਜਨਮ ਮਰਨ ਦੁੱਖ ਨਾਸਾ, ਉਹਦੀ ਜ਼ਿੰਦਗੀ ਅੰਦਰ ਜੰਮਣ ਮਰਨ ਦਾ ਦੁੱਖ, ਜਾਂ ਇਵੇਂ ਕਹਿ ਲਓ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਰੇ ਹੀ ਦੁੱਖ ਮਿਟ ਜਾਣਗੇ, ਕੋਈ ਡਰ ਨਹੀਂ ਰਹੇਗਾ, ਕੋਈ ਚਿੰਤਾ ਨਹੀਂ ਰਹੇਗੀ, ਔਰ ਬੇਪਰਵਾਹ ਰਹੇਗਾ। ਕਹੋ ਨਾਨਕ ਪਾਈਐ ਵੱਡ ਭਾਗੀ, ਮਨ ਤਨ ਹੋਏ ਬੇਗਾਸਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਪਰ ਇਹ ਜਿਹੜੀ ਹੈ ਨਾ ਸਿਫਤ ਸਲਾਹ ਦੀ ਦਾਤ ਤੇ ਸਤਸੰਗਤ ਦੀ ਦਾਤ, ਇਹ ਮਿਲਦੀ ਵੱਡੇ ਭਾਗਾਂ ਵਾਲਿਆਂ ਨੂੰ ਹੈ, ਹਰ ਕਿਸੇ ਨੂੰ ਨਹੀਂ। ਵੱਡੇ ਭਾਗ ਦਰਸ ਕਿ ਜਿਹਦੇ ਤੇ ਰੱਬ ਦੀ ਰਹਿਮਤ ਹੋ ਜਾਂਦੀ। ਰੱਬ ਕੀ ਸਾਰਿਆਂ ਤੇ ਰਹਿਮਤ ਨਹੀਂ ਕਰਦਾ? ਰੱਬ ਤੇ ਸਾਰਿਆਂ ਤੇ ਰਹਿਮਤ ਕਰਨਾ ਚਾਹੁੰਦਾ ਹੈ, ਪਰ ਆਪਾਂ ਸਾਰੇ ਕੋਲ ਰਹਿਮਤ ਦੇ ਪਾਤਰ ਨਹੀਂ ਬਣ ਜਾਂਦੇ। ਅਸੀਂ ਤੇ ਗੁਰੂ ਕੋਲ ਆ ਕੇ ਵੀ ਚਤਰ ਚਲਾਕੀਆਂ ਹੀ ਵਰਤਦੇ ਹਾਂ, ਇੱਥੇ ਵੀ ਸੋਚਦੇ ਕਿ ਆਪਣੀ ਸਿਆਣਪ ਨਾਲ ਗੱਲ ਬਣ ਜਾਏਗੀ, ਗੁਰੂ ਤੇ ਵੀ ਸਾਨੂੰ ਭਰੋਸਾ ਨਹੀਂ ਹੈ। ਗੁਰੂ ਕੋਲ ਆਉਣਾ ਹੈ ਗੁਰੂ ਦੀ ਗੱਲ ਸੁਣਨ ਦੇ ਲਈ, ਗੁਰੂ ਕੋਲ ਆਉਣਾ ਹੈ ਰੱਬ ਦੇ ਪਿਆਰ ਵਿੱਚ ਜੁੜਨ ਦੇ ਲਈ, ਗੁਰੂ ਕੋਲ ਆਉਣਾ ਹੈ ਗਿਆਨ ਪ੍ਰਾਪਤ ਕਰਨ ਦੇ ਲਈ। ਆਪਾਂ ਦੇਖਦੇ ਹੀ ਹਾਂ ਕਿਹੜੀ ਕਿਹੜੀ ਦੂਰੋਂ ਚੱਲ ਕੇ ਗੁਰੂ ਕੋਲ ਆਉਂਦੇ, ਬਹੁਤਾ ਟਾਈਮ ਤੇ ਸਾਡਾ ਅਰਦਾਸਾਂ ਕਰਦਿਆਂ ਲੰਘ ਜਾਂਦਾ ਹੈ, ਬਹੁਤਾ ਟਾਈਮ ਸਾਡਾ ਇੱਧਰ ਉੱਧਰ ਦੇਖਦਿਆਂ ਲੰਘ ਜਾਂਦਾ ਹੈ, ਕਿ ਥੋੜ੍ਹਾ ਭਾਗਾਂ ਵਾਲੇ ਉਹ ਪ੍ਰਾਣੀ ਜਿਹੜੇ ਸਤ ਸੰਗਤ ਵਿੱਚ ਇਕਾਗਰ ਚਿੱਤ ਹੋ ਕੇ ਬੈਠ ਗਏ ਨੇ, ਗੁਰਬਾਣੀ ਨੇ ਉਹਨਾਂ ਦੀ ਬੜੀ ਵਡਿਆਈ ਕੀਤੀ ਹੈ। ਸਾਹਿਬ ਜੀ ਕਹਿੰਦੇ ਵੱਡੇ ਭਾਗਾਂ ਦੇ ਨਾਲ ਸਤ ਸੰਗਤ ਮਿਲਦੀ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮਹਿਲ ਪਰੀਜੈ ਜੀਓ। ਇਹ ਸਤ ਸੰਗਤ ਇਵੇਂ ਹੈ, ਰੱਬ ਦੀ ਸਿਫਤ ਸਲਾਹ ਇਵੇਂ ਹੈ। ਮਾਨਯੋਗ ਭਾਈ ਗੁਰਦਾਸ ਜੀ ਨੇ ਕਿਹਾ ਜਿਵੇਂ ਬੇੜੀ ਚਾੜ ਲੰਘਾਏ ਦਾ ਬਾਲੇ ਪੂਰ ਮਾਣ ਸਮੋਹਣ, ਮਲਾਹ ਬੇੜੀ ਤੇ ਚਾੜ ਕੇ ਪੂਰਾਂ ਦੇ ਪੂਰ ਪਾਰ ਕਰੀ ਜਾਂਦਾ। ਇਹ ਸਤ ਸੰਗਤ ਵੀ ਬੇਅੰਤ ਲੋਕਾਂ ਨੂੰ ਦੁੱਖਾਂ ਤੋਂ ਪਾਰ ਕਰਦੀ ਹੈ, ਬੇਅੰਤ ਲੋਕਾਂ ਦਾ ਪਾਰ ਉਤਾਰਾ ਕਰਦੀ ਹੈ। ਜਿਵੇਂ ਆਗੂ ਇੱਕ ਨਿਭਾਏ ਦਾ ਲਸ਼ਕਰ ਸੰਗ ਸ਼ਾਹ ਸੁਲੋ ਸੁਲਤਾਨਾ, ਫਿਰੇ ਮਹੱਲੇ ਪਾਰੂ ਹੋਏ ਨਿਚਿੰਦ ਸਬਰ ਪ੍ਰਧਾਨਾ, ਲਾੜਾ ਇੱਕ ਵਿਆਹੀਏ ਬਾਲੇ ਜਾਂਜੀ ਕਰ ਮਿਹਮਾਨਾ, ਰਾਜ ਬਾਦਸ਼ਾਹ ਇੱਕ ਮੁਲਖ ਦਾ ਹੋਰ ਪ੍ਰਜਾ ਹਿੰਦੂ ਮੁਸਲਮਾਨਾ। ਕਹਿਣਗੇ ਸਤਿਗੁਰ ਸੱਚੇ ਪਾਤਸ਼ਾਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ, ਜਿਵੇਂ ਇੱਕ ਲਾੜੇ ਨੂੰ ਵਿਆਹੁਣ ਜਾਂਦੇ ਕਈਆਂ ਦੀ ਆਓ ਭਗਤ ਹੋ ਜਾਂਦੀ ਹੈ, ਜਿਵੇਂ ਇੱਕ ਪਹਿਰੇਦਾਰ ਸਾਰੀ ਗਲੀ ਦੀ ਮਹੱਲੇ ਦੀ ਰੱਖਿਆ ਕਰਦਾ, ਜਿਵੇਂ ਇੱਕ ਬਾਦਸ਼ਾਹ ਦੇ ਰਾਜ 'ਚ ਕਈ ਲੋਕ ਸੁਖੀ ਵੱਸਦੇ ਨੇ। ਕਹਿਣਗੇ ਬਿਲਕੁਲ ਇਸ ਤਰ੍ਹਾਂ ਜਿਵੇਂ ਇੱਕ ਜਰਨੈਲ ਕਿੰਨੇ ਸਿਪਾਹੀਆਂ ਦੀ ਕਮਾਂਡ ਕਰਦਾ, ਜਿਵੇਂ ਇੱਕ ਮਲਾਕ ਕਿੰਨੇ ਲੋਕਾਂ ਨੂੰ ਬੇੜੀ ਤੇ ਚਾੜ ਕੇ ਪਾਰ ਉਤਾਰਦਾ, ਤਿਵੇਂ ਇੱਕ ਗੁਰੂ ਕੋਲ ਆ ਕੇ ਸਤਸੰਗਤ 'ਚ ਗੁਰੂ ਕੇ ਸ਼ਬਦ ਨਾਲ ਜੁੜ ਜਾਈਏ, ਪੂਰਾਂ ਦੇ ਪੂਰ ਜਿਹੜੇ ਭਉ ਸਾਗਰ ਤੋਂ ਪਾਰ ਉਤਰਦੇ ਨੇ। ਸਾਡੇ 'ਤੇ ਵਾਹਿਗੁਰੂ ਜੀ ਨੇ ਬੜੀ ਬਖਸ਼ਿਸ਼ ਕੀਤੀ, ਆਪਾਂ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ, ਗੁਰਬਾਣੀ ਨਾਲ ਜੁੜੇ ਹਾਂ। ਆਪਾਂ ਗੁਰੂ ਕੇ ਇਸ ਬੱਚ ਨੂੰ ਹਿਰਦੇ 'ਚ ਵਸਾਉਣਾ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ ਮਿਲਣਾ। ਸਤ ਸੰਗਤ ਦੇ ਰਾਹੀਂ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦਾ ਸਭ ਤੋਂ ਉੱਤਮ ਵਸੀਲਾ ਹੈ। ਅਤੇ ਗੁਰਬਾਣੀ ਨੇ ਕਿ ਜੋ ਸੁੱਖ ਕੋ ਚਾਹੇ ਸਦਾ ਸਰਣ ਰਾਮ ਕੀਲੇ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ। ਅਤੇ ਗੁਰੂ ਸਾਹਿਬ ਜੀ ਨੇ ਸਾਨੂੰ ਪ੍ਰੇਰਣਾ ਕੀਤੀ ਸੀ ਕਿ ਭਾਈ ਨਿਤ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਕਰੋ। ਜੇ ਮਨੁੱਖਾ ਜ਼ਿੰਦਗੀ ਮਿਲੀ ਹੈ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ,
गोविंद के गुण गावो साधो, गोविंद के गुण गावो, गोविंद के गुण। मानस जन्म अमोलक पाया, मानस जन्म अमोलक पाया, बिरथा काहे गवावो साधो, गोविंद के गुण गावो, गोविंद के गुण गावो साधो, गोविंद के गुण गावो, गोविंद के गुण। कहो नानक पाई है वड भागी, मन तन होए बेगासा। सतगुरु गुरु अर्जन देव जी कहिंदे कि वड्डे भागां वालियां नूं इह दात मिलदी है कि उह सत संगत राहीं वाहिगुरु जी दे गुण गाउंदे ने, वाहिगुरु जी दी सिफत सलाह करदे ने, ते जिहड़े वाहिगुरु जी दी प्रभु दी सिफत सलाह करदे ने उहनां दे मन ते तन विच विगास, खेड़ा, चाओ, आनंद पैदा हो जांदा है। आनंद ते खेड़ा मानण दा इको एक तरीका है, आपां नित परमात्मा दे शुकराने जुड़ीए। गुरबाणी कहती अमृत वेला सच नौ वड्याई विचार, परमात्मा दे प्यार जुड़ांगे। परमात्मा इन्ना महान है, सत सुहाण सदा मन चाओ, सदा कायम रहने वाला, बड़े सोहने सुरू वाला, ते सदा चाहो च रहने वाला। आपां एक आम गल कहिंदे, सवेरे उठदे कोई चंगा बंदा मत्थे लगे ना, यह आम है ना समाज की रीत, कोई चंगी गल सुनीए सवेरे उठदे कोई चंगा बंदा मत्थे लगे, तो एदो वड्डी गल की हो सकती कि उठदी आप रब के मत्थे लग जाइए। सत सुहाण सदा मन चाओ, जिहड़ा परमात्मा सदा सोहने सुरूप वाला है, जिहड़ा परमात्मा सदा चाच आनंद च रहने वाला है, उठदियां सार उस परमात्मा दे प्यार जुड़ जाओ, सदा जुड़े रहो, मन तन होए बेगासा। अज दे मुख राव वाक राही सतगुरु जी ने वाहेगुरु जी के प्यारियां की गल की, जिहड़े सदा वाहेगुरु जी का सिमरन करते ने, उन्होंने पता है सत संगत राही जो सुख मिलना है वह करोड़ां बैकुंठा चो नहीं मिल सकता। सत संगत राही मन तन निर्मल हुंदा है, सत संगत दे राही मनुख दा जिहड़ा मन है प्रभु दे प्यार जुड़दा है। इस करके भागां वालियां नूं सत संगत मिलदी है। गुरु साहब जी ने आदर्शक मनुख दी सिरजणा दे लई इस सत्संग सिरजी है। साडा अज दा जो जीवन है आपां देखदे सत संगत नालों आपां टुट गए, केवल दुनियावी सियाणपां दे राही आपां अगे वधणा चाहुंदे आ, यही कारण है साडी हर परेशानी दा। सत संगत राही आदर्शक मनुख सिरजे जाणगे, ते ओ आदर्शक मनुख आदर्शक समाज की सिरजना करनगे। गुरु चरणा च अरदास करिए, साडा सत संगत नाल प्यार बने, गुरबाणी साडी जिंदगी दा आधार बने। इनियां बेनतियां प्रवान करनियां भुल चुक दी खिमा। धन श्री गुरु ग्रंथ साहिब जी का कोटान कोट धनवाद है, गुरु की संगत का धनवाद है जिन्हां वल्लों इन्ना प्यार बख्शिया। समुची दिल्ली सिख गुरद्वारा प्रबंधक कमेटी का, मैनेजमेंट का, मान जो गुरु के वजीर साहबान का धनवाद है जी। प्यार सहद असीस बख्शो, फतेह बुलाओ। वाहिगुरु जी का खालसा, वाहिगुरु जी की फतेह।